ਮੈਨੂੰ
ਰੱਖਾ ਰੱਖਾ ਜੀ ਨੇ ਵਾਜੀ ਹੋਈ ਗੁਰੂ ਸਾਧ ਸਿੰਘ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠ ਕੇ ਜੀਵਨ ਦੇ ਵਡਮੁੱਲੇ ਸਵਾਸਾਂ ਦਾ ਲਾਹਾ ਲੈ ਰਹੇ ਹੋ। ਪਾਤਸ਼ਾਹ ਜੀ ਨੇ ਅਥਾਹ ਕਿਰਪਾ ਕੀਤੀ ਹੈ, ਰੱਬ ਦੇ ਪਿਆਰਿਆਂ ਦਾ ਮਿਲਾਪ ਹੋਇਆ ਹੈ। ਆਪ ਜੀ ਬਾਬਾ ਜੀ ਤੋਂ ਪ੍ਰੇਮ ਦੀਆਂ ਗਹਿਰੀਆਂ ਲਹਿਰਾਂ ਦੇ ਵਿੱਚ ਆਪ ਜੀ ਉਡਾਰੀਆਂ ਲਾ ਰਹੇ ਸੀ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਸਵਾ ਘੰਟਾ ਪਤਾ ਨਹੀਂ ਇੱਕਦਮ ਲੰਘਿਆ। ਉਹ ਤੇ ਆਪਣਾ ਨਿਭਾ ਕੇ ਚਲ ਗਏ, ਜੀਵਨ ਤੇ ਸਾਨੂੰ ਵੀ ਮਿਲਿਆ ਹੈ। ਇਹ ਤਾਂ ਉਹਨਾਂ ਦੇ ਪ੍ਰੇਮ ਦੀਆਂ ਕਥਾ ਕਹਾਣੀਆਂ ਨੇ, ਕਿਤੇ ਸ਼ਾਇਦ ਸਾਡੇ ਮਨ ਵੀ ਉਸ ਪਾਸੇ ਇਹ ਬਲਬਲਾ ਅੰਦਰ ਪੈਦਾ ਹੋ ਜਾਏ, ਸੰਸਾਰ ਦੀ ਝੂਠੀ ਪ੍ਰੀਤ ਨੂੰ ਤੋੜ ਕੇ ਪਰਮੇਸ਼ਰ ਦੇ ਨਾਲ ਸੱਚਾ ਸੁੱਚਾ ਨਾਤਾ ਪਿਆਰ ਬਣ ਜਾਏ। ਅਸਲ 'ਚ ਜਿਨ੍ਹਾਂ ਦਾ ਪੂਰਨ ਨਿਸ਼ਚਾ ਸੀ, ਉਹਨਾਂ ਨੇ ਪੱਥਰਾਂ ਦੇ ਸਾਹਮਣੇ ਵੀ ਜਦ ਚੌਕੜਾ ਮਾਰ ਲਿਆ, ਰੱਬ ਨੂੰ ਪ੍ਰਗਟ ਹੋ ਕੇ ਆਉਣ ਲਈ ਮਜਬੂਰ ਹੋਣਾ ਪਿਆ।
ਜਿਨ੍ਹਾਂ ਦੇ ਅੰਦਰ ਨਿਸ਼ਚਾ ਨਹੀਂ ਸੀ ਉਹ ਪੂਰਨ ਸਤਿਗੁਰ ਨੂੰ ਵੀ ਨਾ ਪਛਾਣ ਸਕੇ। ਭਰੋਸੇ ਨਾਲ ਜਿਹੜਾ ਬਹਿ ਗਿਆ ਨਾ ਉਹ ਖਾਲੀ ਨਹੀਂ ਉੱਠਿਆ। ਆਪਣਾ ਕਿੰਨਾ ਕੁ ਭਰੋਸਾ ਇਹ ਤੇ ਇਸ ਨੂੰ ਅੰਦਰੋਂ ਪਤਾ। ਬਾਬਾ ਨਾਮਦੇਵ ਜੀ ਇੱਕ ਉਦਾਹਰਣ ਲੈਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮਾਣ ਦੇ ਕੇ ਸਮਝਾਉਂਦੇ ਨੇ। ਦੇਵਾ ਪਾਹਨ ਪੂਜੀ ਵਾਲੇ ਨਾਮ ਜਪਤ ਜਨ ਕਸ ਨਾ ਤਰੇ। ਜੋ ਬਾਬਾ ਜੀ ਕਹਿ ਗਏ ਨਾ ਮੈਂ ਉਹਦੇ 'ਤੇ ਸਿਰਫ ਆਪ ਜੀ ਨਾਲ ਵਿਚਾਰ ਸਾਂਝਾ ਕਰਨਾ, ਕਿਉਂਕਿ ਨਵਾਂ ਵਿਚਾਰ ਛੇੜ ਲੈਣਾ ਮਨ ਨੂੰ ਫਿਰ ਸਮਾਂ ਲੱਗਦਾ ਟਿਕਣ ਲਈ। ਬਾਬਾ ਨਾਮਦੇਵ ਜੀ ਕਹਿੰਦੇ ਨੇ ਜੇ ਦੇਵਾ ਪੰਡਿਤ ਪੱਥਰ ਚੋਂ ਦਰਸ਼ਨ ਕਰ ਸਕਦਾ ਮੈਂ ਤੇ ਨਾਮ ਜਪਦਾ। ਆਖੋ ਸਤਨਾਮ, ਮੈਂ ਤੇ ਸਿਮਰਨ ਕਰਦਾ। ਪੱਥਰਾਂ ਚੋਂ ਜੇ ਪਾਇਆ ਜਾ ਸਕਦਾ ਪਰਮਾਤਮਾ ਤੇ ਸਿਮਰਨ ਵਿੱਚ ਤਾਂ ਨਿਸ਼ਚੇ ਆ ਕਿ ਮਿਲ ਜਾਣਾ ਉਸਨੇ। ਆਖੋ ਸਤਨਾਮ। ਅਸਲ ਜੇ ਪੰਡਿਤ ਦੇਵਾ ਰਾਜਸੀ ਪੰਡਿਤ ਸੀ ਰਾਣੇ ਦਾ, ਪ੍ਰਤਿਮਾ ਬਣਾਈ ਹੋਈ ਸੀ, ਨਿਯਮ ਸੀ ਰਾਣੇ ਦਾ। ਇਹ ਹਾਰ ਲੈ ਕੇ ਖੜਾ ਹੁੰਦਾ ਸੀ ਜਦ ਉਹ ਸਵੇਰੇ ਦਰਸ਼ਨ ਕਰਨ ਆਉਂਦਾ ਸੀ। ਜਦ ਆਉਣਾ ਤਾਜ਼ਾ ਹਾਰ ਬਣਾ ਕੇ ਹੱਥ ਵਿੱਚ ਫੜ ਕੇ ਰੱਖਣ ਅਤੇ ਰਾਣੇ ਨੇ ਉਸ ਪ੍ਰਤਿਮਾ ਮੂਰਤੀ ਨੂੰ ਪਹਿਨਾਉਣਾ। ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਆਪ ਜੀ ਨੂੰ ਵਿਚਾਰ ਦੇ ਰਿਹਾ। ਇੱਕ ਦਿਨ ਰਾਣਾ ਕਿਤੇ ਲੇਟ ਹੋ ਗਿਆ। ਕਈ ਵਾਰੀ ਬੰਦੇ ਦੇ ਅੰਦਰ ਸ਼ੌਕ ਹੁੰਦਾ ਵੀ ਹੁਣ ਘਰ ਦੇ ਤਾਂ ਹੈ ਨਹੀਂ, ਨੌਕਰ ਜਿਹੜਾ ਬੰਦਾ ਨਾ ਉਹਦੇ ਅੰਦਰ ਵੀ ਕਈ ਉਮੰਗਾਂ ਹੁੰਦੀਆਂ ਵੀ ਅੱਜ ਘਰ ਦੇ ਹੈ ਨਹੀਂ, ਦੇਖ ਲਈਏ ਆਪਾਂ ਵੀ। ਆਖੋ ਸਤਨਾਮ। ਇੰਨੀ ਜਦ ਦੇਖਿਆ ਕਿ ਰਾਣਾ ਆਇਆ ਨਹੀਂ, ਉਹ ਹਾਰ ਆਪਣੇ ਗਲ ਵਿੱਚ ਪੈ ਪਾ ਕੇ ਤੇ ਪ੍ਰਤਿਮਾ ਦੇ ਆਲੇ ਦੁਆਲੇ ਘੁੰਮਣ ਲੱਗ ਪਿਆ। ਆਖੋ ਸਤਨਾਮ। ਕਈ ਵਾਰ ਹੋ ਜਾਂਦਾ ਨਾ ਧਿਆਨ ਵਿੱਚ, ਚਲੋ ਆਪ ਹੀ ਕਰਕੇ ਦੇਖ ਲਓ। ਓਨੀ ਦੇਰ ਨੂੰ ਘੋੜਿਆਂ ਦੇ ਪੌੜਾਂ ਦੀ ਖੜਾਕ, ਰੱਥ ਆਉਂਦਾ ਜਦ ਸੁਣਿਆ ਨਾ, ਇਹਨੇ ਕਾਹਲੀ ਦੇ ਨਾਲ ਉਹ ਹਾਰ ਉਤਾਰ ਲਿਆ। ਹੁਣ ਦਾੜਾ ਚਿੱਟਾ ਸੀ, ਉਮਰ ਵੀ ਥੋੜ੍ਹੀ ਸਿਆਣੀ ਸੀ। ਹੁਣ ਜਦੋਂ ਬੰਦੇ ਨੇ ਗਲਤੀ ਕੀਤੀ ਹੁੰਦੀ ਹੈ ਨਾ, ਉਹਦਾ ਚੋਰ ਅੰਦਰੋਂ ਬੋਲਦਾ ਕਦੇ ਕਦੇ। ਆਖੋ ਸਤਨਾਮ। ਇੱਕਦਮ ਉਤਾਰ ਕੇ ਹੱਥ ਵਿੱਚ ਫੜ ਲਿਆ। ਇਹ ਰਾਣਾ ਆਇਆ, ਜਦ ਇਸਨੇ ਹਾਰ ਦੇਖਿਆ, ਹਾਰ ਨੂੰ ਕੁਝ ਕੁ ਇੱਕ ਦੋ ਵਾਲ ਚਿੱਟੇ ਲੱਗੇ ਹੋਏ। ਆਖੋ ਸਤਨਾਮ। ਰਾਜੇ ਬੜੇ ਸਿਆਣੇ ਹੁੰਦੇ ਨੇ, ਮੂੰਹੋਂ ਨਹੀਂ ਕੁਝ ਕਹਿੰਦੇ। ਉਸਨੂੰ ਪਤਾ ਲੱਗ ਗਿਆ ਵੀ ਇਸਨੇ ਹਾਰ ਆਪ ਪਾਇਆ। ਆਖੋ ਸਤਨਾਮ। ਹਾਰ ਪਹਿਨਾ ਕੇ ਇਹ ਰਾਣਾ ਪੁੱਛਦਾ ਵੀ ਕੀ ਭਗਵਾਨ ਬੁੱਢਾ ਹੋ ਗਿਆ? ਆਖੋ ਸਤਨਾਮ। ਕੀ ਬਿਰਧ? ਹੁਣ ਇਹ ਕੁਝ ਕਹਿ ਤਾਂ ਨਹੀਂ ਸਕਿਆ, ਪੁੱਛਣਾ ਤੇ ਇਹ ਚਾਹੁੰਦਾ ਸੀ ਰਾਣਾ
ਪਰ ਇਹ ਕਹਿੰਦਾ ਵੀ ਜੇ ਭਗਵਾਨ ਬੁੱਢੇ ਭਗਵਾਨ ਚਿੱਟੇ ਦਾੜੇ ਵਾਲੇ ਭਗਵਾਨ ਦੇ ਦਰਸ਼ਨ ਕਰਨੇ ਨੇ ਤੇ ਰਾਤ 2 ਵਜੇ ਆਉਣਾ ਪਊ ਸਵੇਰੇ ਤੜਕੇ। ਆਖੋ ਸਤਨਾਮ। ਬੰਦਾ ਜਦ ਇੱਕ ਝੂਠ ਬੋਲਦਾ ਨਾ ਉਹਦੇ ਨਾਲ ਦੂਜਾ ਵੀ ਬੋਲਦਾ। ਆਖੋ ਸਤਨਾਮ। ਰਹਿੰਦਾ ਉਹ ਝੂਠ ਹੀ ਆ। ਸੱਚ ਸਿਰਫ ਜੀਵਨ ਵਿੱਚ ਇੱਕ ਵਾਰ ਬੋਲਣ ਦੀ ਲੋੜ ਪੈਂਦੀ ਆ, ਇੱਕ ਵਾਰ ਸੱਚ। ਤੁਸੀਂ ਝੂਠ ਨੂੰ 100 ਵਾਰੀ ਵੀ ਰਿਪੀਟ ਕਰ ਜਾਓ, ਬੋਲ ਜਾਓ, ਲੱਗਦਾ ਭਾਵੇਂ ਸੱਚ ਵਰਗਾ ਪਰ ਹੁੰਦਾ ਝੂਠ ਹੀ ਆ। ਆਖੋ ਸਤਨਾਮ। ਹੁੰਦਾ ਝੂਠ ਹੀ ਆ। ਇੰਨਾ ਕਹਿ ਕੇ ਰਾਣਾ ਆਪਣੇ ਮਹਿਲਾਂ ਨੂੰ ਆ ਗਿਆ। ਹੁਣ ਇਸ ਪੰਡਿਤ ਦੇਵਾ ਨੂੰ ਇੱਕ ਗੱਲ ਦਿਮਾਗ 'ਚ ਆ ਗਈ ਵੀ ਇੱਕ ਝੂਠ ਦੇ ਉੱਪਰ ਦੂਜਾ ਝੂਠ, ਚਿੱਟੇ ਦਾੜੇ ਵਾਲਾ ਭਗਵਾਨ ਲਿਆਵਾਂਗਾ ਕਿੱਥੋਂ? ਆਖੋ ਸਤਨਾਮ। ਕਿੱਥੋਂ ਆਏਗਾ? ਇਹ ਉਸ ਮੂਰਤੀ ਦੇ ਅੱਗੇ ਰੋਂਦਾ ਰਿਹਾ। ਆਖੋ ਸਤਨਾਮ। ਵੀ ਮੇਰਾ ਝੂਠ ਫੜਿਆ ਜਾਣਾ, ਮੇਰੇ ਤਾਂ ਬੱਚੇ ਮਾਰ ਦੇਣੇ ਨੇ। ਆਖੋ ਸਤਨਾਮ। ਜੇ ਕਿਤੇ ਗੁੱਸਾ ਆ ਗਿਆ, ਮੇਰਾ ਤਾਂ ਘਾਣ ਬੱਚਾ ਪੜਵਾ ਦੇਣਾ ਇਸਨੇ। ਇਹ ਰੋਂਦਾ ਰੋਂਦਾ, ਅਸਲ 'ਚ ਜਦੋਂ ਬੰਦਾ ਜੀਵਨ ਤੇ ਮੌਤ ਦੇ ਵਿਚਕਾਰ ਖੇਡਦਾ ਨਾ, ਉਦੋਂ ਸੁਰਤ ਗੁਰੂ ਚਰਨਾਂ 'ਚ ਜੁੜ ਜਾਂਦੀ ਆ। ਆਖੋ ਸਤਨਾਮ। ਫਿਰ ਆਪ ਜੀ ਨਾਲ ਸਾਂਝ ਪਾ ਜਾ। ਜਦੋਂ ਬੰਦਾ ਜੀਵਨ ਤੇ ਮੌਤ ਦੇ ਵਿਚਕਾਰ ਖੇਡਦਾ, ਉਦੋਂ ਸੰਸਾਰ ਨਾਲੋਂ ਟੁੱਟ ਜਾਂਦਾ। ਆਖੋ ਸਤਨਾਮ। ਕਦੇ ਅਵਸਥਾ ਬਣੀ ਆਪ ਜੀ ਦੀ ਐਸੀ ਕਿ ਜੀਵਨ ਤੇ ਮੌਤ ਦੇ ਵਿਚਕਾਰ ਕਦੇ ਪਲ ਆਏ ਹੋਣ ਤੇ ਸੰਸਾਰ ਨਾਲੋਂ ਟੁੱਟ ਕੇ ਸਤਿਗੁਰ ਨਾਲ ਜੁੜ ਜਾਏ? ਅਸੀਂ ਅਸਲ 'ਚ ਕਦੇ ਟੁੱਟੇ ਹੀ ਨਹੀਂ ਸੰਸਾਰ ਨਾਲੋਂ। ਸਾਡੀ ਅਵਸਥਾ ਇਸ ਕਰਕੇ ਨਹੀਂ ਬਦਲੀ, ਮੈਂ ਵੀ ਆਪ ਜੀ ਦੇ ਨਾਲ ਹਾਂ, ਸਾਡਾ ਕੁਝ ਨਾ ਕੁਝ ਹਿੱਸਾ ਸੰਸਾਰ ਨਾਲ ਜੁੜਿਆ ਹੀ ਰਹਿੰਦਾ। ਆਖੋ ਸਤਨਾਮ। ਸ਼ਾਇਦ ਸੌਖੀ ਗੱਲ ਸਮਝ ਆ ਜਾਏ, ਇੱਕ ਤਾਰ ਵੀ ਅਰਥ ਹੁੰਦੀ ਰਹੇ ਨਾ ਪੂਰੀ ਤਾਰਾਂ 'ਚ ਕਰੰਟ ਨਹੀਂ ਆਉਂਦਾ। ਆਖੋ ਸਤਨਾਮ। ਕਦੇ ਦੇਖ ਲੈਣਾ ਕਰਕੇ, ਇੱਕ ਕੰਟੂਰ ਦੇ ਵਿੱਚ, ਇੱਕ ਤਾਰ ਦੇ ਵਿੱਚ ਛੋਟੀ ਛੋਟੀਆਂ ਕਈ ਤਾਰਾਂ ਹੁੰਦੀਆਂ, ਤੁਸੀਂ ਬਾਕੀ ਤਾਰਾਂ ਨੂੰ ਹਟਾ ਦਿਓ, ਇੱਕ ਪਤਲੀ ਜਿਹੀ ਤਾਰ ਨੂੰ ਅਰਥ ਲਾ ਰੱਖੋ, ਉਹਦੇ 'ਚ ਕਰੰਟ ਨਹੀਂ ਆਉਂਦਾ। ਆਖੋ ਸਤਨਾਮ। ਇਹਨੂੰ ਟੁੱਟਣਾ ਪੈਣਾ, ਇਹਨੂੰ ਤੋੜਨਾ ਪੈਣਾ। ਲੋਕ ਕਟੰਬ ਸਭੋ ਤੇ ਤੋਰੈ ਤੋ ਆਪੇ ਬੇਡੀ ਆਵੈ। ਹੋ ਕੀ ਕਹਿੰਦੀ ਬਾਣੀ? ਸਾਰਿਆਂ ਨਾਲੋਂ ਤੋੜਨੀ ਪੈਣੀ ਆ। ਇਹਦੇ ਮਿੱਤਰ ਆ, ਪਹਿਲੇ ਇਹਨਾਂ ਦੀ ਸੁਰਤ ਮਿੱਤਰਾਂ 'ਚੋਂ ਨਹੀਂ ਨਿਕਲਦੀ। ਆਖੋ ਸਤਨਾਮ। ਜਿੱਥੋਂ ਥੋੜ੍ਹਾ ਜਿਹਾ ਸੁੱਖ ਮਨ ਨੂੰ ਲੱਗਦਾ ਨਾ ਵੀ ਇੱਥੋਂ ਸੁੱਖ ਮਿਲਣਾ, ਉਹਦੇ ਲਈ ਬੜਾ ਰੋਂਦਾ ਪਿੱਟਦਾ ਹੈ। ਆਖੋ ਸਤਨਾਮ। ਆ ਬੰਦਾ ਚਲੇ ਜਾਏ ਨਾ, ਸਵਰਗਵਾਸ ਹੋ ਜਾਏ, ਉਹਦੀਆਂ ਸਿਫਤਾਂ ਕਰਦੇ ਜੀ, ਉਹ ਤਾਂ ਦੁੱਧ ਲਿਆ ਕੇ ਦਿੰਦਾ ਹੁੰਦਾ ਸੀ ਜੀ, ਸਾਨੂੰ ਉੱਠਣ ਹੀ ਨਹੀਂ ਦਿੰਦਾ, ਬਸ ਦੁੱਧ ਢੋਣ ਜੋਗਾ ਹੀ ਸਾਰੀ ਉਮਰ ਰੱਖਿਆ ਉਹਨੂੰ। ਆਖੋ ਸਤਨਾਮ। ਬਸ ਜਿੱਥੋਂ ਸੁੱਖ ਮਿਲਦਾ ਉਹ ਸੁੱਖਾਂ ਦਾ ਹੀ ਰੌਲਾ ਪਾਉਂਦਾ, ਵਰਨਾ ਇਹਦਾ ਨਾਤਾ ਨੂਤਾ ਕਿਸੇ ਨਾਲ ਨਹੀਂ। ਆਖੋ ਸਤਨਾਮ। ਇਹ ਪੰਡਿਤ ਦੇਵਾ ਰੋਂਦੇ ਰੋਂਦੇ ਇਹਦੀ ਸੁਰਤ ਅਕਾਲ ਪੁਰਖ ਵੱਲ ਕਹਿ ਲਈਏ, ਭਗਵਾਨ ਵੱਲ ਕਹਿ ਲਈਏ, ਅਰਦਾਸ ਸੁਣੀ, ਕਹਿੰਦੇ ਆਵਾਜ਼ ਆਈ, ਪੰਡਿਤ ਦੇਵਾ
ਤੂੰ ਚਿੰਤਾ ਨਾ ਕਰ, ਭਰੋਸਾ ਰੱਖ, ਤੇਰੀ ਅਰਦਾਸ ਮਨਜ਼ੂਰ ਹੋ ਗਈ। ਜਦ ਰਾਣਾ ਦਰਸ਼ਨ ਕਰਨ ਆਏਗਾ ਨਾ, ਅਸੀਂ ਉਹਨੂੰ ਚਿੱਟੇ ਦਾੜੇ ਦੇ ਵਿੱਚ ਦਰਸ਼ਨ ਦਿਆਂਗੇ। ਆਖੋ ਸਤਨਾਮ, ਦਰਸ਼ਨ ਦਿਆਂਗੇ। ਬਾਣੀ ਕਹਿ ਰਹੀ ਦੇਵਾ ਪਾਹਨ ਪੂਜੀਅਲ ਹੈ। ਕਿਤੇ ਮਨ ਘੱਟ ਗੱਲ ਨਹੀਂ ਮੈਂ ਕਰ ਰਿਹਾ ਆਪ ਜੀ ਦੇ ਨਾਲ, ਸਵਾਇਆ ਨਾ ਲੋਕ ਕਹਿ ਦਿੰਦੇ ਨੇ, ਕਹਿੰਦੇ ਰਾਣਾ। ਹੁਣ ਇਸ ਪੰਡਿਤ ਦੇਵਾ ਨੇ ਸੋਚਿਆ ਵੀ ਅਯਾਸ਼ੀ ਲੋਕ ਹੁੰਦੇ ਨੇ ਰਾਣੇ ਤੇ ਰਾਜੇ, ਰਾਤ 2 ਵਜੇ ਕੌਣ ਉੱਠਦਾ? ਆਖੋ ਸਤਨਾਮ। ਇੱਕ ਥੋੜ੍ਹਾ ਧਾਰਨਾ ਬੰਦਾ ਰੱਖਦਾ ਅੰਦਰ, ਇੱਕ ਥੋੜ੍ਹਾ ਸੋਚ ਰੱਖਦਾ ਕਿ ਗਲਤਾਨੀ ਵਿੱਚ ਬੰਦਾ ਫਸਿਆ ਹੋਇਆ, 2 ਵਜੇ ਕਿੱਥੇ ਉੱਠਣਾ, ਇਹਨੇ ਕਦੋਂ ਆਉਣਾ? ਆਖੋ ਸਤਨਾਮ। ਪਰ ਰਾਣੇ ਦੇ ਧਿਆਨ ਵਿੱਚ ਆ ਗਈ ਵੀ ਇਸ ਪੰਡਿਤ ਦੇਵਾ ਦਾ ਜਿਹੜਾ ਕੂੜ ਆ ਨਾ, ਇਹ ਭਾਂਡਾ ਮੈਂ ਭੰਨਣਾ ਹੀ ਆ। ਆਖੋ ਸਤਨਾਮ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਕਸ ਹੈ ਖੇਡ ਉਹਦਾ ਹੀ ਆ। ਤਦੇ ਪਾਤਸ਼ਾਹ ਕਹਿੰਦੇ ਇਸ ਤਮਾਸ਼ੇ ਨੂੰ ਇੱਕ ਪਾਸੇ ਹੋ ਕੇ ਦੇਖ, ਸੰਸਾਰ ਕਿੱਦਾਂ ਫਸਿਆ ਪਿਆ। ਆਖੋ ਸਤਨਾਮ। ਇਹ ਤਮਾਸ਼ਾ ਆ ਤਮਾਂ ਤੇ ਆਸ਼ਾ ਦਾ ਖੇਡ ਆ, ਜਿੱਥੇ ਅਸੀਂ ਸਾਰੇ ਖੇਡ ਖਿਡਾਰੀ ਦਾ ਖੇਡਦੇ ਹਾਂ। ਕਈ ਤਾਂ ਵਿਚਾਰੇ ਤਮਾਂ ਤੇ ਤ੍ਰਿਸ਼ਨਾ ਵਿੱਚ ਸੜ ਫੂਕ ਹੋ ਜਾਂਦੇ ਨੇ, ਕਈ ਬਚ ਜਾਂਦੇ ਨੇ। ਆਖੋ ਸਤਨਾਮ। ਰਾਣਾ ਰਾਤ ਦੇ 2 ਵਜੇ ਆ ਗਿਆ, ਬਸ ਤਿਆਰ ਖੜਾ ਸੀ ਹਾਰ ਲੈ ਕੇ। ਜਦ ਹਾਰ ਫੜਾਇਆ ਮੂਰਤੀ ਦੇ, ਜਦ ਚਿੱਟਾ ਦਾੜਾ ਦੇਖਿਆ ਨਾ ਰਾਣੇ ਨੇ, ਹੋਰ ਵੀ ਸ਼ੱਕ ਅੰਦਰ ਪੈ ਗਈ ਵੀ ਇੱਕ ਪਖੰਡ ਦਾ ਕੀਤਾ ਸੀ, ਹੁਣ ਦਾੜੀ ਵੀ ਚਿੱਟੀ ਨਕਲੀ ਲਾ ਦਿੱਤੀ। ਆਖੋ ਸਤਨਾਮ। ਦਾੜਾ ਵੀ ਚਿੱਟਾ ਨਕਲੀ ਲਾ ਦਿੱਤਾ। ਰਾਣੇ ਨੇ ਜਦ ਹਾਰ ਫੜ ਕੇ ਮੂਰਤੀ ਤੇ ਪਾਇਆ, ਮਨ ਵਿੱਚ ਤਾਂ ਸੀ ਨਾ ਇਹ ਧੋਖਾ ਆ, ਬਾੜੇ ਦੇ ਦਾੜੇ ਦੇ ਜਿਹੜੇ ਵਾਲ ਸੀ ਫੜ ਕੇ ਖਿੱਚ ਸਿੱਟੇ। ਆਖੋ ਸਤਨਾਮ। ਸੋਚਿਆ ਨਕਲੀ ਆ, ਲੱਥ ਜਾਣਾ। ਆਖੋ ਸਤਨਾਮ। ਜਿਉਂ ਹੀ ਜ਼ੋਰ ਨਾਲ ਦਾੜੇ ਦੇ ਵਾਲ ਪੱਟੇ, ਖੂਨ ਦੀ ਪੂਰੀ ਧਾਰ ਰਾਣੇ ਦੇ ਕੱਪੜਿਆਂ ਤੇ ਪੈ ਗਈ। ਆਖੋ ਸਤਨਾਮ। ਕਹਿੰਦੇ ਉਹ ਰਾਣਿਆ, ਨਿਸ਼ਚਾ ਰੱਖਣਾ ਚਾਹੀਦਾ ਸੀ ਤੈਨੂੰ। ਆਖੋ ਸਤਨਾਮ। ਉਹ ਤੇ ਪਾਵਨ ਮੂਰਤ ਆ, ਕਿਸੇ ਦੇ ਨਿਸ਼ਚੇ ਨੂੰ ਪੂਰਨ ਕਰਨ ਲਈ ਉਹ ਕਿਸੇ ਵੀ ਰੂਪ ਵਿੱਚ ਦਰਸ਼ਨ ਦੇ ਦਿੰਦਾ। ਆਖੋ ਸਤਨਾਮ। ਏਕ ਹੈ ਅਨੇਕ ਹੈ, ਇਹ ਆਪਣੀ ਮਰਜ਼ੀ ਨਾਲ ਦੇਖਣਾ ਚਾਹੁੰਦਾ ਵੀ ਏਦਾਂ ਦਾ ਮੈਨੂੰ ਰੱਬ ਦੱਸੇ। ਇਹ ਇੱਕ ਫਰੇਮ ਬਣਾਈ ਬੈਠਾ, ਉਸ ਫਰੇਮ 'ਚ ਫਿੱਟ ਕਰ ਕਰਕੇ ਦੇਖਦਾ। ਜੇ ਤਾਂ ਇਹਦਾ ਨਕਲੀ ਰੱਬ ਉਹਦੇ 'ਚ ਫਿੱਟ ਹੋ ਗਿਆ ਫਿਰ ਤਾਂ ਕਹਿੰਦਾ ਠੀਕ ਆ, ਜੇ ਉਸ ਫਰੇਮ 'ਚ ਫਿੱਟ ਨਹੀਂ ਹੁੰਦਾ ਫਿਰ ਕਹਿੰਦਾ ਬਿਲਕੁਲ ਨਹੀਂ, ਇਹ ਝੂਠ ਆ। ਆਖੋ ਸਤਨਾਮ। ਇਹਨੂੰ ਪਤਾ ਕਿਉਂ ਨਹੀਂ ਸਾਰੀ ਜ਼ਿੰਦਗੀ ਮਿਲਣਾ, ਉਹਦਾ ਆਹ ਕਾਰਨ ਆ, ਸਾਨੂੰ ਨਹੀਂ ਮਿਲਣਾ ਰੱਬ। ਇੱਕ ਦਰ ਤੇ ਭਰੋਸਾ ਰੱਖਦਾ ਨਹੀਂ, 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 ਭਰੋਸਾ ਰੱਖਦਾ ਨਹੀਂ, ਦਰ ਤੇ ਭਰੋਸਾ ਰੱਖਦਾ ਨਹੀਂ, ਦਰ ਤੇ ਭਰੋਸਾ ਰੱਖਦਾ ਨਹੀਂ, ਦਰ ਤੇ ਭਰੋਸਾ ਰੱਖਦਾ ਨਹੀਂ, ਇੱਕ ਦਰ ਤੇ ਭਰੋਸਾ ਰੱਖਦਾ ਨਹੀਂ, ਦਰ ਤੇ ਭਰੋਸਾ।
ਦਰ ਤੇ ਭਰੋਸਾ ਨਹੀਂ ਰੱਖਦਾ, ਆਖੋ ਸਤਨਾਮ। ਸਰੀਰ ਨੂੰ ਲੱਭਦਾ ਫਿਰਦਾ, ਆਖੋ ਸਤਨਾਮ। ਬਾਰ ਬਾਰ ਸਤਿਗੁਰ ਬਾਣੀ ਵਿੱਚ ਇੱਕ ਬਚਨ ਕਰਦੇ ਨੇ, ਕਿਤੇ ਗਲਤ ਨਾ ਸਮਝ ਲੈਣਾ, ਮੈਂ ਉਹਨਾਂ ਬਚਨਾਂ ਦੀ ਪ੍ਰੋੜਤਾ ਕਰਦਾ। ਅੱਖਰਾਂ ਦਾ ਫਰਕ ਹੋ ਸਕਦਾ, ਵਿਚਾਰਾਂ ਦੀ ਭਿੰਨਤਾ ਨਹੀਂ। ਇਹ ਸਰੀਰ ਨਾਲ ਪਿਆਰ ਕਰਦਾ, ਸ਼ਬਦ ਨਾਲ ਨਹੀਂ, ਆਖੋ ਸਤਨਾਮ। ਬਾਰ ਬਾਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਹ ਸੰਸਾਰ ਨੂੰ ਕਹਿੰਦੇ ਨੇ, ਸਿੱਧਾਂ ਨਾਲ ਵੀ ਜਿੰਨੀ ਗੋਸ਼ਟ ਹੋਈ ਇੱਕੋ ਹੀ ਬਚਨ ਕੀਤਾ। ਜਦ ਇਹ ਪੁੱਛਿਆ ਨਾ ਤੁਹਾਡਾ ਗੁਰੂ ਕੌਣ, ਤਾਂ ਮਾਲਕ ਕਹਿੰਦੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਜਿਹੜਾ ਇਸ ਗੱਲ ਨੂੰ ਪ੍ਰੋੜਤਾ ਵਿੱਚ ਅੱਗੇ ਲੈ ਕੇ ਚੱਲਣਾ, ਸ਼ਬਦ ਅਤੇ ਸੁਰਤ ਦੋਨੋਂ ਨਿਰਾਕਾਰ ਨੇ, ਆਖੋ ਸਤਨਾਮ। ਸਿੱਖ ਜਦ ਸਾਧ ਸੰਗਤ ਵਿੱਚ ਸੇਵਾ ਕਰਦਾ ਤੇ ਸਾਕਾਰ ਨਾਲ ਜੁੜਦਾ, ਜਦੋਂ ਸਿਮਰਨ ਵਿੱਚ ਬੈਠਦਾ, ਸ਼ਬਦ ਦੇ ਵਿੱਚ ਪ੍ਰਵੇਸ਼ ਕਰਦੀ ਸੁਰਤ, ਉਦੋਂ ਨਿਰੰਕਾਰ ਨਾਲ ਜੁੜਦਾ, ਆਖੋ ਸਤਨਾਮ। ਧਿਆਨ ਦੇਣਾ, ਮੈਂ ਆਪਣੇ ਮਹਾਂਪੁਰਸ਼ਾਂ ਦਾ ਬਚਨ ਸੁਣਾਉਣ ਲੱਗਾ, ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਦਾ। ਬਾਬਾ ਜੀ ਬਾਬਾ ਆਨੰਦ ਸਿੰਘ ਜੀ ਦੀ ਗੱਲ ਕਰ ਰਹੇ ਸੀ, ਇੱਕ ਵਾਰੀ ਅਸੀਂ ਉਹਨਾਂ ਤੋਂ ਬਚਨ ਸੁਣਿਆ। ਕਹਿੰਦੇ ਜਦੋਂ ਹੱਠ ਕੀਤਾ ਨਾ ਦਰਸ਼ਨ ਕਰਨੇ, ਕਹਿੰਦੇ ਆਵਾਜ਼ ਆਈ ਨਹੀਂ ਦਰਸ਼ਨ ਹੋਣੇ, ਆਖੋ ਸਤਨਾਮ। ਕਹਿੰਦੇ ਕਾਰਨ, ਕਹਿੰਦੇ ਤੂੰ ਭਗਤਾਂ ਦੀ ਰੱਬ ਦੇ ਪਿਆਰਿਆਂ ਦੀ ਵਡਿਆਈ ਖੋਣਾ ਚਾਹੁੰਦੇ ਹੋ, ਆਖੋ ਸਤਨਾਮ। ਮੇਰੇ ਔਰ ਮੇਰੇ ਪਿਆਰਿਆਂ ਦੇ ਦਰਮਿਆਨ, ਸੰਸਾਰ ਦੇ ਦਰਮਿਆਨ, ਭਗਤਾਂ ਦੇ ਦਰਮਿਆਨ ਮੇਰੇ ਅਤਿ ਪਿਆਰੇ ਵੀ ਨੇ, ਜਿਹਨਾਂ ਨੂੰ ਸੰਤ ਮਹਾਂਪੁਰਸ਼ ਕਹਿੰਦੇ ਨੇ, ਆਖੋ ਸਤਨਾਮ। ਦਰਸ਼ਨ ਨਹੀਂ ਹੋਣੇ, ਹੱਠ ਨਾ ਕਰ ਬਾਤ, ਜਾ ਪੁੱਛੋ, ਮਹਾਂਪੁਰਸ਼ ਰਹਿੰਦੇ ਨੇ ਸੰਤ ਬਾਬਾ ਹਰਨਾਮ ਸਿੰਘ ਜੀ, ਜਾ ਕੇ ਉਹਨਾਂ ਦੀ ਸੰਗਤ ਕਰ, ਆਖੋ ਸਤਨਾਮ। ਭਗਤਾਂ ਨੂੰ ਪਰਮੇਸ਼ਰ ਵਡਿਆਈ ਦਿੰਦੇ ਨੇ, ਇਹ ਨਹੀਂ ਵੀ ਰੱਬ ਦੇ ਨਹੀਂ ਸਕਦਾ ਦਰਸ਼ਨ, ਉਹਨਾਂ ਦੇ ਵਿੱਚ ਇੱਕ ਕੜੀ ਆ, ਆਖੋ ਸਤਨਾਮ। ਔਰ ਗਏ ਫਿਰ ਬਾਬਾ ਆਨੰਦ ਸਿੰਘ ਜੀ, ਜਦ ਦਰਸ਼ਨ ਕਰਨ ਪਹਿਲੀ ਵਾਰ ਗਏ ਨੇ, ਦੂਰੋਂ ਕਹਿਣ ਲੱਗੇ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ, ਜਿੰਨੀ ਸੰਗਤ ਬੈਠੀ ਸੀ, ਕਹਿੰਦੇ ਚਲੇ ਜਾਓ, ਪਰੇ ਚਲੇ ਜਾਓ, ਕੌੜਾ ਸਾਧ ਆ ਗਿਆ, ਆਖੋ ਸਤਨਾਮ। ਸੰਗਤ ਨੂੰ ਪਿੱਛੇ ਹਟਾ ਦਿੱਤਾ, ਕਹਿੰਦੇ ਮਹਾਂਪੁਰਸ਼ ਪੁੱਛਦੇ ਕਿੱਥੋਂ ਆਇਆ, ਕਹਿੰਦਾ ਟੱਠੇ ਖੂਹ ਚੋਂ, ਆਖੋ ਸਤਨਾਮ। ਪਰ ਇਹ ਆਪਸ ਵਿੱਚ ਉਹ ਕਰ ਸਕਦੇ ਆ ਜਿਹਨਾਂ ਦੀ ਪ੍ਰੀਤ ਇੰਨੀ ਗਹਿਰੀ ਆ, ਸਾਡੇ ਤੁਹਾਡੇ ਵਰਗੇ ਪਖੰਡੀ ਨਹੀਂ, ਆਖੋ ਸਤਨਾਮ। ਅਸੀਂ ਤਾਂ ਗੱਲਾਂ ਸੁਣਾ ਸਕਦੇ ਹਾਂ, ਸੁਣ ਸਕਦੇ ਹਾਂ ਅਤੇ ਸੁਣਾ ਸਕਦੇ ਹਾਂ। ਕਹਿੰਦੇ ਜਦ ਮਹਾਂਪੁਰਸ਼ ਕਹਿਣ ਲੱਗੇ ਕਿੱਥੋਂ ਆਇਆ, ਕਹਿੰਦੇ ਟੱਠੇ ਖੂਹ ਚੋਂ, ਕਹਿੰਦੇ ਕਿੱਥੇ ਜਾਣਾ, ਕਹਿੰਦੇ ਟੱਠੇ ਖੂਹ 'ਚ, ਆਖੋ ਸਤਨਾਮ। ਓਹ ਕਹਿੰਦੇ ਆਹ ਖੂਹ ਆ, ਜਾ ਕੇ ਮਾਰਦੇ ਛਾਲ, ਚੱਲ ਪਏ। ਪਿੱਛੋਂ ਮਹਾਂਪੁਰਸ਼ਾਂ ਨੇ ਭੇਜਿਆ, ਕਹਿੰਦੇ ਇਹਨੇ ਛਾਲ ਮਾਰ ਦੇਣੀ, ਫੜ ਲਿਆ, ਆਖੋ ਸਤਨਾਮ। ਕਹਿੰਦੇ ਇਹਨਾਂ ਤੱਤਾ ਕਿਉਂ ਬੋਲਦਾ, ਕਹਿੰਦੇ ਤੱਤਾ ਨਾ ਬੋਲਾਂ, ਇੰਨਾ ਜੀਵਨ ਲੰਘਿਆ ਜੇ ਦਰਸ਼ਨ ਨਹੀਂ ਹੋਏ, ਆਖੋ ਸਤਨਾਮ। ਆਹ ਅਸੀਂ ਤਾਂ ਕਲਪਨਾ 'ਚ ਮਰ ਗਏ, ਮਰ ਜਾਣ ਬੰਦਗੀ ਵਾਲਿਆਂ ਦਾ ਤੇ ਜੀਵਨ ਹੀ ਬੜਾ ਵੱਖਰਾ ਹੁੰਦਾ, ਆਖੋ ਸਤਨਾਮ। ਪਿਆਰ ਤੇ ਪ੍ਰੇਮ ਦੀਆਂ ਜਿਹੜੀਆਂ ਲਹਿਰਾਂ ਹੁੰਦੀਆਂ ਨੇ ਨਾ, ਉਹ ਈਰਖਾ ਕਲਪਨਾ ਦੁਆਇਸ਼ ਤੋਂ ਕਿਤੇ ਉੱਪਰ ਹੁੰਦੀਆਂ ਨੇ। ਪਹਿਲੇ ਤੇ ਮਨ ਹੀ ਡੋਲਦਾ ਰਹਿੰਦਾ ਸਾਰਾ ਦਿਨ, ਮਨ ਕਲਪਨਾ 'ਚੋਂ ਨਿਕਲਦਾ ਹੀ ਨਹੀਂ ਕਿਤੇ। ਕੋਈ ਮਹਾਂਪੁਰਸ਼ ਨਾ
ਬਾਹਰ ਕੁਟੀਆ 'ਚ ਰਹਿੰਦੇ ਸੀ। ਹੁਣ ਮਹਾਤਮਾ ਗੁਰਮੁਖ ਪਿਆਰੇ ਕੋਸ਼ਿਸ਼ ਕਰਦੇ ਨੇ ਰੱਬ ਦੀ ਪ੍ਰਾਪਤੀ ਲਈ, ਉਸ ਪਾਸੇ ਸ਼ਾਂਤੀ ਲਈ। ਇੱਕ ਸੱਜਣ ਮਹਾਂਪੁਰਸ਼ਾਂ ਕੋਲ ਚਲੇ ਗਏ, ਬੜੇ ਉਪਰਾਮ ਨੇ, ਜਾ ਕੇ ਕਹਿਣ ਲੱਗੇ, ਮਹਾਤਮਾ ਜੀ 20 ਸਾਲ ਹੋ ਗਏ ਘਰ ਛੱਡੇ ਨੇ, ਮਿਲਿਆ ਕੱਖ ਨਹੀਂ। ਆਖੋ ਸਤਨਾਮ, ਮਿਲਿਆ ਕੱਖ ਨਹੀਂ, ਕੀ ਮੇਰੀ ਸਾਧਨਾ ਗਲਤ ਆ, ਕੀ ਮੇਰੀ ਭਗਤੀ ਅਪੂਰਨ ਨਹੀਂ, ਕਾਰਨ ਕੀ ਆ? ਮਨ ਬਾਰ ਬਾਰ ਡੋਲਦਾ, ਉਹਦਾ ਕਾਰਨ ਕੀ ਆ? ਕਹਿੰਦੇ ਜੇ ਪੁੱਛਣਾ ਨਾ, ਇੱਥੋਂ 5 ਕਿਲੋਮੀਟਰ 'ਤੇ ਆ ਫਲਾਨਾ ਨਗਰ ਆ, ਉੱਥੇ ਚਲੇ ਜਾਈ, ਉੱਥੇ ਇੱਕ ਬਾਣੀਏ ਦੀ ਦੁਕਾਨ ਆ, ਇਸ ਸਵਾਲ ਦਾ ਜਵਾਬ ਤੈਨੂੰ ਉਹ ਬਾਣੀਆਂ ਦਏਗਾ। ਬੜਾ ਗੁੱਸੇ 'ਚ ਆ ਗਿਆ ਮਹਾਤਮਾ, ਕਹਿੰਦੇ ਹੱਦ ਹੋ ਗਏ, ਕਿਸੇ ਸੰਤ ਪਾਸ ਭੇਜ ਦੇ, ਗੁਰਮੁਖ ਪਾਸ ਭੇਜ ਦੇ, ਜਿਹੜਾ ਬਾਣੀਆਂ, ਉਹ ਜਿਹੜਾ ਦੁਕਾਨਦਾਰ ਹਰ ਗੱਲ 'ਤੇ ਝੂਠ ਬੋਲਦਾ, ਉਹਨੂੰ ਕੀ ਗਿਆਨ ਦਾ ਪਤਾ? ਆਖੋ ਸਤਨਾਮ। ਉਹ ਕਹਿੰਦੇ ਵੀ ਜੇ ਤਾਂ ਤੂੰ ਗੱਲ ਦਾ ਜਵਾਬ ਲੈਣਾ ਆਪਣੀ, ਤਾਂ ਫਿਰ ਤਾਂ ਉੱਥੇ ਹੀ ਜਾਣਾ ਪੈਣਾ। ਆਖੋ ਸਤਨਾਮ। ਕਈ ਵਾਰੀ ਬੰਦੇ ਨੂੰ ਹਰ ਬੰਦਾ ਹੀ ਘਟੀਆ ਲੱਗਦਾ, ਕਹਿ ਦਿਓ ਸਤਨਾਮ। ਉਹ ਗਿਆਨ ਦੀ ਗੱਲ ਇਹ ਸੋਚਦਾ ਵੀ ਮੇਰੀ ਇਹਦੇ, ਮੇਰਾ ਇਹਦੇ 'ਚ ਨਿਰਾਦਰ ਆ, ਮੇਰੀ ਇਹਦੇ 'ਚ ਇਨਸਲਟ ਆ, ਜੇ ਮੈਂ ਇਹ ਘਟੀਆ ਜਿਹਾ ਬੰਦੇ ਨੂੰ ਗਿਆਨ ਦੀ ਗੱਲ ਪੁੱਛਾਂ ਤਾਂ? ਆਖੋ ਸਤਨਾਮ। ਆਪਣੇ ਆਪ ਨੂੰ ਵਧੀਆ ਜੋ ਸਮਝਦਾ ਹੋਇਆ, ਆਖੋ ਸਤਨਾਮ। ਵੀ ਮੇਰੇ ਵਰਗਾ ਕੋਈ ਗਿਆਨ ਹੀ ਨਹੀਂ, ਇੱਕੋ ਹੀ ਰੌਲਾ ਪਾਉਂਦਾ ਰਹਿੰਦਾ ਸਾਰਾ ਦਿਨ, ਅਸੀਂ ਪੁਰਾਣੇ ਸਤ ਸੰਗੀ ਹਾਂ, ਹੈਰਾਨੀ, ਅਸੀਂ ਪੁਰਾਣੇ ਸੇਵਕ, ਵੀ ਤੁਸੀਂ ਪੁਰਾਣੇ ਕਾਹਦੇ ਆ? ਆਖੋ ਸਤਨਾਮ। ਫਿਰ ਕੀ ਤੈਨੂੰ ਸਰਟੀਫਿਕੇਟ ਦੇ ਦਈਏ ਵੀ ਤੂੰ ਪੁਰਾਣਾ, ਤੇਰੀ ਬਹੁਤੀ ਭਗਤੀ ਹੋ ਗਈ, ਤੈਨੂੰ ਲੋੜ ਨਹੀਂ ਕੋਈ ਰਹੀ? ਆਖੋ ਸਤਨਾਮ। ਨਿੰਦਿਆ ਉਸ ਤੋਂ ਵੀ ਵੱਧ ਕਰਦਾ, ਚੁਗਲੀਆਂ ਉਸ ਤੋਂ ਵੀ ਵੱਧ ਕਰਦਾ, ਓਹ ਈਰਖਾ ਉਸ ਤੋਂ ਵੀ ਵੱਧ ਕਰਦਾ, ਇਹ ਵੀ ਪੁਰਾਣੀਆਂ ਨਾਲ ਹੀ ਹੋ ਗਈਆਂ ਤੇਰੇ। ਆਖੋ ਸਤਨਾਮ। ਸਰੀਰ ਹੀ ਪੁਰਾਣਾ ਹੋ ਗਿਆ, ਸੁਰਤ ਤੇ ਉਹੋ ਜਿਹੀ ਆ ਪੁਰਾਣੀ, ਉਹ ਤਾਂ ਫਰਕ ਨਹੀਂ ਪੈਂਦਾ। ਆਖੋ ਸਤਨਾਮ। ਗੁੱਸੇ ਤਾਂ ਹੋ ਗਿਆ, ਪਰ ਨਾਲ ਬੋਲਦਾ ਜਾਂਦਾ ਗੁੱਸੇ 'ਚ, ਇਹਨਾਂ ਸਾਧਾਂ ਨੂੰ ਵੀ ਅਕਲ ਹੈ ਨਹੀਂ, ਗ੍ਰਿਸਤੀਆਂ ਕੋਲ ਭੇਜਦੇ ਨੇ, ਦੁਕਾਨਦਾਰਾਂ ਕੋਲ ਭੇਜਦੇ ਨੇ, ਜਿਹੜੇ ਰੋਜ਼ ਝੂਠ ਬੋਲਦੇ ਨੇ। ਆਖੋ ਸਤਨਾਮ। ਪਰ ਹੁਣ ਇਹ ਵੀ ਆ ਵੀ ਜਿੱਥੇ ਜਾ ਕੇ ਪੁੱਛਿਆ ਉੱਥੇ 20 ਸਾਲ ਸੰਗਤ ਕੀਤੀ ਆ, ਚਲਾ ਗਿਆ ਬੜਾ ਗੁੱਸੇ ਨਾਲ ਭਰਿਆ ਹੋਇਆ। ਉਹ ਜਿਹੜਾ ਸੱਜਣ ਦੁਕਾਨਦਾਰ ਸੀ ਨਾ, ਹੱਥ ਜੋੜ ਕੇ ਕਿਹਾ, ਮਹਾਤਮਾ ਜੀ ਕਿਰਪਾ ਕਰੋ ਕੁਰਸੀ 'ਤੇ ਬੈਠੋ। ਕਹਿੰਦਾ ਮੈਂ ਨਹੀਂ ਬਹਿਣਾ। ਆਖੋ ਸਤਨਾਮ। ਲੈਣ ਗਿਆਨ ਗਿਆ, ਗਿਆਨ ਮੈਂ ਨਹੀਂ ਬਹਿਣਾ। ਕਹਿੰਦੇ ਨਹੀਂ ਮਹਾਰਾਜ, ਕਿਰਪਾ ਕਰੋ, ਬਹਿਣਾ ਕਿਉਂ ਨਹੀਂ, ਆਪ ਜੀ ਨਹੀਂ ਬੈਠੋਗੇ, ਹੋਰ ਕੌਣ ਸਾਡੇ ਪਾਸ ਬੈਠੇਗਾ ਗਰੀਬਾਂ ਦੇ ਕੋਲ? ਕਹਿੰਦੇ ਮੇਰੇ ਕੋਲ ਟਾਈਮ ਹੈ ਨਹੀਂ, ਮੈਂ ਇੱਕ ਸਵਾਲ ਪੁੱਛਣ ਆਇਆ, ਮੈਨੂੰ ਉਹਨਾਂ ਨੇ ਭੇਜਿਆ, ਮਹਾਤਮਾ ਨੇ, ਮਹਾਂਪੁਰਸ਼ਾਂ ਨੇ। ਕਹਿੰਦੇ ਬੈਠੋ ਤਾਂ ਸਹੀ, ਜਲ ਪਾਣੀ ਛਕ ਲਓ। ਆਖੋ ਸਤਨਾਮ। ਜਿਹਨੇ ਗਿਆਨ ਲੈਣਾ ਉਹ ਤਾਂ ਤਪਿਆ ਬੈਠਾ, ਜਿਸ ਨੂੰ ਗਿਆਨ ਹੋਣਾ ਉਹ ਤਾਂ ਸਖਣਾ ਬੈਠਾ। ਕਹਿੰਦੇ ਦੱਸੋ, ਮਹਾਂਪੁਰਸ਼ਾਂ ਨੇ ਭੇਜਿਆ? ਕਹਿੰਦੇ ਹਾਂਜੀ। ਦੱਸੋ ਕੀ ਸਵਾਲ ਆ? ਕਹਿੰਦੇ ਮੇਰੀ ਇੱਛਾ ਨਹੀਂ ਸੀ ਕਰਦੀ ਤੇਰੇ ਤੋਂ ਸਵਾਲ ਪੁੱਛਾਂ, ਪਰ ਮੈਨੂੰ ਉਹਨਾਂ ਨੇ ਭੇਜਿਆ ਕਰਕੇ ਪੁੱਛਦਾ। ਆਖੋ ਸਤਨਾਮ।
ਕਹਿੰਦੇ ਕੋਈ ਗੱਲ ਨਹੀਂ, ਆਪ ਜੀ ਵੀ ਪੁੱਛ ਲਓ, ਜੇ ਮਹਾਂਪੁਰਸ਼ਾਂ ਨੇ ਵੀ ਭੇਜਿਆ ਤਾਂ ਵੀ ਕੋਈ ਗੱਲ ਨਹੀਂ। ਸਵਾਲ ਕੀ ਆ? ਕਹਿੰਦੇ ਮਹਾਂਪੁਰਸ਼ ਕਹਿੰਦੇ ਸੀ ਜੇ ਮਨ ਟਿਕਾਉਣ ਦੀ ਗੱਲ ਪੁੱਛਣੀ ਆ ਨਾ, ਮਨ ਕਿਵੇਂ ਟਿਕਦਾ, ਤੇ ਤੇਰੇ ਕੋਲੋਂ ਪੁੱਛ ਕੇ ਆ, ਕੋਈ ਪਤਾ ਵੀ ਆ ਕਿ ਮੇਰਾ ਸਮਾਂ ਹੀ ਖਰਾਬ ਕਰਨਾ, ਆਖੋ ਸਤਨਾਮ। ਕਹਿੰਦੇ ਅੱਛਾ, ਇੰਨੀ ਗੱਲ ਸੀ? ਇਹ ਤਾਂ ਮਹਾਤਮਾ ਜੀ ਛੋਟੀ ਜਿਹੀ ਗੱਲ ਹੈ, ਮਨ ਟਿਕਾਉਣ ਲਈ ਤਾਂ ਬਹੁਤ ਹੀ ਰੌਲਾ ਨਹੀਂ, ਇਸ ਇਹੋ ਜਿਹਾ ਰੌਲਾ ਨਹੀਂ ਪੈਂਦਾ। ਉਹ ਕਹਿੰਦੇ ਉਹ ਮੈਨੂੰ 20 ਸਾਲ ਹੋ ਗਿਆ, ਤੂੰ ਫਿਰ ਗੱਲਾਂ ਕਰਨੋਂ ਨਹੀਂ ਹਟਦਾ, ਆਖੋ ਸਤਨਾਮ। ਰੱਬ ਦੇ ਪਿਆਰਾਂ ਨੇ ਤੱਕੜੀ ਚੱਕੀ, ਜਿਹੜਾ ਤਰਾਜੂ ਸੀ ਨਾ, ਕਦੇ ਆਪ ਜੀ ਨੇ ਦੇਖਿਆ ਤਰਾਜੂ ਦੇ ਸੈਂਟਰ ਵਿੱਚ ਇੱਕ ਸੂਈ ਹੁੰਦੀ ਆ, ਉਹ ਦੱਸਦੀ ਆ ਵੀ ਭਾਰ ਕਿੱਧਰ ਜ਼ਿਆਦਾ ਕਿੱਧਰ ਘੱਟ ਆ। ਕਹਿੰਦੇ ਮਹਾਤਮਾ ਜੀ ਇਹ ਸੂਈ ਆ ਨਾ? ਕਹਿੰਦੇ ਹਾਂ। ਬਸ ਇੰਨਾ ਹੀ ਖਿਆਲ ਰੱਖਣਾ ਵੀ ਨਾ ਸੱਜੇ ਜਾਵੇ ਨਾ ਖੱਬੇ ਜਾਵੇ, ਆਖੋ ਸਤਨਾਮ। ਬਸ ਮਨ ਜਿਹੜਾ ਨਾ ਸੂਈ ਵਰਗਾ, ਇਹਨੂੰ ਨਾ ਖੱਬੇ ਜਾਣ ਦੇ ਨਾ ਸੱਜੇ ਜਾਣ ਦੇ, ਬਸ ਜਾਂ ਤੇ ਮਨ ਖੱਬੇ ਚਲੇ ਜਾਂਦਾ ਤੇ ਦੂਜੇ ਦੇ ਔਗਣ ਕੱਢਦਾ, ਜਾਂ ਸੱਜੇ ਚਲਾ ਜਾਂਦਾ ਆਪਣਿਆਂ ਦੀਆਂ ਵਡਿਆਈਆਂ ਨਹੀਂ ਛੱਡਦਾ, ਆਖੋ ਸਤਨਾਮ। ਕਹਿੰਦੇ ਮਹਾਤਮਾ ਜੀ ਇਹ ਮਨ ਸੂਈ ਦੀ ਤਰ੍ਹਾਂ ਸੈਂਟਰ ਵਿੱਚ ਰੱਖਣਾ, ਨਾ ਖੱਬੇ ਜਾਵੇ ਨਾ ਸੱਜੇ ਜਾਵੇ, ਸੰਸਾਰ ਵੱਲ ਵੀ ਦੌੜ ਨੂੰ ਬਚਾਉਣਾ। ਆਹਾ, ਇਹ ਮਾਇਆ ਜਿਹੜਾ ਸਰਮਾਇਆ ਨਾ, ਇਸ ਪਾਸੇ ਜਾਣ ਨੂੰ, ਇਹਨੂੰ ਦੌੜ ਨੂੰ ਬਚਾਉਣਾ, ਬਸ ਇਹਨੂੰ ਸੈਂਟਰ 'ਚ ਰੱਖਣਾ, ਨਾ ਇੱਧਰ ਜਾਵੇ ਨਾ ਉੱਧਰ ਜਾਵੇ, ਫਿਰ ਇਸ ਨੇ ਟਿਕ ਜਾਣਾ, ਆਖੋ ਸਤਨਾਮ। ਮਨ ਨੂੰ ਟਿਕਾਇਆ ਕਰੀਏ, ਮਨ ਜੜ ਮਾਤਾ, ਖੇਡ ਦੇਖਿਆ ਕਰੋ ਸੰਸਾਰ ਦਾ, ਕਲਪਦਾ ਕਿਵੇਂ ਆ, ਆਖੋ ਸਤਨਾਮ। ਕਦੇ ਕਹਿੰਦਾ ਮੈਂ ਯੋਗੀ ਹਾਂ, ਕਦੇ ਕਹਿੰਦਾ ਮੈਂ ਜਤੀ ਹਾਂ, ਆਖੋ ਸਤਨਾਮ। ਪਤਾ ਨਹੀਂ ਕਾਹਦਾ ਜਤ ਸਤਾ ਹੈ, ਪਤਾ ਨਹੀਂ, ਪਰ ਅੰਦਰ ਭਰਿਆ ਪੀਤਾ ਬੈਠਾ ਹੈ ਮਨ। ਬਾਬਾ ਜੀ ਪ੍ਰੇਮ ਦੀ ਗੱਲ ਕਹਿ ਰਹੇ ਸੀ, ਮੈਂ ਉੱਥੇ ਹੀ ਲੈ ਆਉਣਾ ਆਪ ਜੀ ਨੂੰ। ਧੰਨਾ ਉਹਨੂੰ ਸੰਸਕ੍ਰਿਤ ਨਹੀਂ ਸੀ ਆਉਂਦੀ, ਆ ਕਈ ਵਾਰੀ ਕਹਿੰਦਾ ਨਾ ਇਹਨਾਂ ਨੂੰ ਤਾਂ ਜੀ ਪੰਜ ਬਾਣੀਆਂ ਵੀ ਨਹੀਂ ਪੜ੍ਹਨੀਆਂ ਆਉਂਦੀਆਂ, ਕਹਿੰਦਾ ਅਸੀਂ ਵੀ ਕਹਿ ਦਿੰਦੇ ਹਾਂ ਆਖੋ ਸਤਨਾਮ। ਇਹ ਵੀ ਹੰਕਾਰਿਆ ਫਿਰਦਾ ਵੀ ਇਹਨੂੰ ਪੰਜ ਬਾਣੀਆਂ ਪੜ੍ਹਨੀਆਂ ਆਉਂਦੀਆਂ, ਇਹਨੂੰ ਜਾਪ ਸਾਹਿਬ ਪੜ੍ਹਨਾ ਆਉਂਦਾ, ਇਹਨੂੰ ਚੁਪਈ ਸਾਹਿਬ ਪੜ੍ਹਨੀ ਆਉਂਦੀ ਆ, ਇਹ ਵੀ ਕਹਿੰਦਾ। ਇਹ ਤਰਲੋਚਨ ਦੇ ਧਿਆਨ ਵਿੱਚ ਵੀ ਇਹੀ ਆ, ਅਨਘੜ ਜਿਹਾ ਪੱਥਰ ਦੇ ਦਿੱਤਾ, ਉਹਨੂੰ ਨਹੀਂ ਸੰਸਕ੍ਰਿਤ ਆਉਂਦੀ, ਉਹਨੂੰ ਨਾ ਕਿਸੇ ਕਿਸੇ ਵੇਦ ਸ਼ਾਸਤਰ ਦੇ ਸ਼ਲੋਕ ਆਉਂਦੇ, ਉਹਨੂੰ ਕੁਝ ਵੀ ਨਹੀਂ ਆਉਂਦਾ। ਅਰੇ ਸਭ ਤੋਂ ਚੰਗਾ ਬੰਦਾ ਤਾਂ ਉਹ ਆ ਜਿਹਨੂੰ ਕੁਝ ਵੀ ਨਹੀਂ ਆਉਂਦਾ, ਅਸਲ 'ਚ ਜਿਹਨੂੰ ਕੁਝ ਆਉਂਦਾ ਨਾ ਉਹਦੀ ਖੋਪਰੀ ਘੁੰਮਦੀ ਰਹਿੰਦੀ ਆ, ਆਖੋ ਸਤਨਾਮ। ਬਸ ਇੱਕੋ ਹੀ ਇੱਕ ਰੌਲਾ ਇਹਦੇ ਅੰਦਰ ਵੀ ਮੈਨੂੰ ਇਹ ਆਉਂਦਾ, ਮੈਨੂੰ ਇਹ ਪਤਾ ਆ, ਬਸ ਉਹਨੇ ਹੀ ਇਹਨੂੰ ਫਸਾਇਆ ਹੋਇਆ, ਆਖੋ ਸਤਨਾਮ। ਉਹਨੇ ਹੀ ਇਹਨੂੰ ਇੰਨਾ ਤੰਗ ਕੀਤਾ ਹੋਇਆ, ਜਿਹੜੀ ਚੀਜ਼ ਆਉਂਦੀ ਆ। ਉਹ ਕੋਈ ਸੱਜਣ ਨਾ ਢੋਲਕੀ ਸਿੱਖਣ ਚਲ ਗਿਆ ਕਿਸੇ ਤੋਂ, ਉਸਤਾਦ ਤੋਂ, ਕਹਿੰਦਾ ਜੀ ਢੋਲਕੀ ਸਿੱਖਣੀ ਮੈਂ, ਕਹਿੰਦਾ ਸਿੱਖ ਲਾ, ਕਹਿੰਦੇ ਪਹਿਲੀ ਗੱਤ ਵਜਾ, ਕਹਿੰਦੇ ਧਾਗੇ ਨਾਤੀ ਤਾਕੇ ਦਿਨ, ਕਹਿੰਦਾ ਮੈਨੂੰ ਆਉਂਦਾ, ਕਹਿੰਦੇ ਅੱਛਾ ਫਿਰ ਦੂਜੀ ਸਿੱਖ ਲਾ, ਧਾਦੀ ਨਾਦੀ ਧਾਦੀ ਨਾਦੀ, ਕਹਿੰਦਾ ਮੈਨੂੰ ਇਹ ਵੀ ਆਉਂਦਾ, ਕਹਿੰਦਾ ਤੈਨੂੰ ਸਾਰੀ ਉਮਰ ਹੀ ਨਹੀਂ ਢੋਲਕੀ ਆਉਣੀ, ਆਖੋ ਸਤਨਾਮ। ਤੈਨੂੰ ਸਾਰੀ ਉਮਰ ਨਹੀਂ ਢੋਲਕੀ ਆਉਣੀ, ਜਿਹੜਾ ਤੈਨੂੰ ਆਉਂਦਾ ਪਹਿਲਾਂ ਭੁੱਲ ਜਾ, ਫਿਰ ਤੈਨੂੰ ਆਉਣਾ, ਨਹੀਂ ਤਾਂ ਸਾਰੀ ਉਮਰ ਕਮਲਾ ਰਹਿਣਾ ਤੂੰ, ਆਖੋ ਸਤਨਾਮ। ਇਹਨੂੰ ਜਿਹੜਾ ਆਉਂਦਾ ਨਾ,
ਇਹਦੀ ਮਤ ਨੂੰ ਘੁਮਾਈ ਰੱਖਦਾ ਆਖੋ ਸਤਨਾਮ ਪਾਤਸ਼ਾਹ ਕੀ ਕਹਿੰਦੇ ਨੇ ਇੱਥੇ ਸੁਰਤੀ ਲਿਆ ਮੈਂ ਕਿਛ ਨਾਹੀਂ ਜੀ ਮੈਂ ਕਿਛ ਨਾਹੀਂ ਜੀ ਸਭ ਕਿਛ ਤੇਰਾ ਸਭ ਕਿਛ ਤੇਰਾ ਮੈਂ ਕਿਛ ਨਾਹੀਂ ਜੀ ਤੇਰਾ ਸਭ ਕਿਛ ਤੇਰਾ ਹੈ ਸੋ ਤੇਰਾ ਅਸਲ ਵਿੱਚ ਮੈਨੂੰ ਆਸਣ ਲਾਉਣ ਲਈ ਮੇਰਾ ਕੁਝ ਚਾਹੀਦਾ ਆਖੋ ਸਤਨਾਮ ਧਿਆਨ ਦੇਣਾ ਜੀ ਜਰਾ ਇਹ ਮੇਰਾ ਘਰ ਆ ਇਹ ਮੇਰੀ ਜ਼ਮੀਨ ਆ ਇਹ ਮੇਰੇ ਪੈਸੇ ਆ ਇਹ ਮੇਰੀ ਕਾਰ ਆ ਇਹਨੂੰ ਮੇਰੇ ਦਾ ਪਲੇਟਫਾਰਮ ਆ ਇਹ ਮੇਰਾ ਆ ਤੇ ਮੇਰੇ ਤੇ ਮੈਂ ਬੈਠਦੀ ਆ ਆਖੋ ਸਤਨਾਮ ਇਸ ਕਰਕੇ ਪਾਤਸ਼ਾਹ ਕਹਿੰਦੇ ਮੇਰਾ ਜੇ ਹੈ ਹੀ ਕੁਝ ਨਹੀਂ ਤੇ ਮੈਂ ਕਿੱਥੇ ਬੈਠ ਜਾਊ ਆਖੋ ਸਤਨਾਮ ਜੇ ਮੇਰਾ ਹੈ ਹੀ ਕੁਝ ਨਹੀਂ ਮੈਨੂੰ ਬੈਠਣ ਲਈ ਜਗ੍ਹਾ ਨਹੀਂ ਮਿਲਦੀ ਆਖੋ ਸਤਨਾਮ ਆਹ ਮੇਰੀ ਮੇਰੀ ਕਰਤੇ ਦੁਰਯੋਧਨ ਸਿਪਾਹੀ ਬਾਰਾਂ ਯੋਜਨ ਛਤਰ ਚਲੇ ਥਾ ਦੇਹੀ ਆ ਦੇਖ ਹਾਲ ਤੇਰੇ ਤਾਂ ਪੱਲੇ ਕੱਖ ਨਹੀਂ ਨਾ ਕੌਰਵਾਂ ਦੀ ਪੰਤਾਲੀ ਕੋਹ ਦੇ ਵਿੱਚ ਸੈਨਾ ਚੱਲਦੀ ਸੀ ਆਖੋ ਸਤਨਾਮ ਪੰਤਾਲੀ ਕੋਹ ਛਤਰ ਚਲੇ ਥਾ ਭਾਵ ਫੌਜਾਂ ਪੰਤਾਲੀ ਕੋਹ ਦਾ ਘੇਰਾ ਸੀ ਜਿੱਥੋਂ ਦੀ ਚੱਲਦੀਆਂ ਸੀ ਕਹਿੰਦੇ ਨੇ ਮੇਰੀ ਮੇਰੀ ਕਰਤੇ ਹੈਰਾਨੀ ਦੀ ਗੱਲ ਆ ਤੁਸੀਂ ਕਦੇ ਜਾਨਵਰਾਂ ਪੰਛੀਆਂ ਨੂੰ ਦੇਖਣਾ ਕਿੰਨੀ ਵਿਸ਼ਾਲਤਾ ਤੁਸੀਂ ਉਹਨਾਂ ਦੇ ਅੰਦਰ ਡਿਸਿਪਲਿਨ ਅਤੇ ਨਿਯਮ ਦੇਖੋ ਅਤੇ ਬੰਦੇ ਦਾ ਹਾਲ ਦੇਖੋ ਕੀੜੀਆਂ ਇੱਕ ਨੂੰ ਪਤਾ ਲੱਗ ਜਾਏ ਮਿੱਠਾ ਇੱਥੇ ਆ ਇਕੱਲੀਆਂ ਨਹੀਂ ਖਾਂਦੀਆਂ ਇਕੱਲੀਆਂ ਨਹੀਂ ਖਾਂਦੀਆਂ ਪਹਿਲਾਂ ਦੂਸਰਿਆਂ ਨੂੰ ਦੱਸਣ ਜਾਂਦੀਆਂ ਫਿਰ ਨਾਲ ਸਾਰਾ ਹੀ ਮਿੱਠਾ ਢੋਕ ਢੋ ਕੇ ਲੈ ਜਾਂਦੀਆਂ ਤੇ ਇੱਕ ਖੁੱਡ ਵਿੱਚ ਸਮਾ ਜਾਂਦੀਆਂ ਨੇ ਆਖੋ ਸਤਨਾਮ ਐਡੀ ਵਿਸ਼ਾਲਤਾ ਇੱਕ ਖੁੱਡ 'ਚ ਸਮਾ ਜਾਂਦੀਆਂ ਨੇ ਤੇ ਸਾਂਝਾ ਛਕਦੀਆਂ ਨੇ ਆਖੋ ਸਤਨਾਮ
ਇੱਥੇ ਕਿਸੇ ਨੂੰ ਬਿਜ਼ਨਸ ਦਾ ਹੀ ਗੁਰ ਪਤਾ ਲੱਗ ਜਾਏ ਨਾ, ਕਹਿੰਦਾ ਮਰਨੀ ਮਰ ਜਾਊ, ਦੱਸਣਾ ਨਹੀਂ। ਆਖੋ ਸਤਨਾਮ। ਅਸੀਂ ਤਾਂ ਕਦੇ ਆ ਮਹਾਂਪੁਰਸ਼ ਸਾਨੂੰ ਵੈਦਗਿਰੀ ਸਿਖਾਉਂਦੇ ਸੀ, ਮਹੰਤ ਅਰਜਨ ਸਿੰਘ ਜੀ, ਔਰ ਮੈਂ ਦੇਖਿਆ ਸੈਂਕੜੇ ਮਹਾਤਮਾ ਲੈ ਕੇ ਮਰ ਗਏ ਦਵਾਈ, ਪਰ ਦੱਸੀ ਨਹੀਂ। ਆਖੋ ਸਤਨਾਮ। ਨਹੀਂ ਤਾਂ ਇਸ ਐਲੋਪੈਥਿਕ ਦੀ ਹਸਪਤਾਲਾਂ ਦੀ ਲੋੜ ਹੀ ਨਹੀਂ ਸੀ ਪੈਣੀ। ਹਿੰਦੁਸਤਾਨ ਵਿੱਚ ਰਿਸ਼ੀਆਂ ਦੇ ਪਾਸ ਇਹੋ ਜਿਹੀਆਂ ਦਵਾਈਆਂ ਸੀ, ਬੂਟੀਆਂ ਸੀ, ਮਰੇ ਤੋਂ ਜਿਉਂਦਾ ਕਰ ਦਿੰਦੀਆਂ ਸੀ। ਸੰਜੀਵਨੀ ਬੂਟੀ ਨੇ ਕੀਤਾ। ਆਖੋ ਸਤਨਾਮ। ਪਰ ਲੈ ਕੇ ਮਰ ਗਏ। ਜਿਹਦੇ ਕੋਲ ਜਿਹੜਾ ਗੁਣ ਹੋਇਆ ਉਹ ਕਹਿੰਦਾ ਮੈਂ ਮਰ ਤਾਂ ਜਾਊਂ ਪਰ ਦੂਜੇ ਨੂੰ ਦੱਸਣਾ ਨਹੀਂ। ਪਤਾ ਕਿਹੋ ਜਿਹਾ ਹਾਲ, ਇਹੋ ਜਿਹਾ ਜਿਵੇਂ ਕਿਸੇ ਬੰਦੇ ਨੂੰ ਕਬਜ਼ ਹੋਈ ਹੋਵੇ ਨਾ, ਅਤੇ ਉਸਦਾ ਪੇਟ ਸਾਫ਼ ਨਹੀਂ ਹੁੰਦਾ। ਇਹੀ ਹਾਲ ਮਨੁੱਖ ਦੀ ਸੁਰਤੀ ਵਿਰਤੀ ਦਾ, ਜਿਵੇਂ ਉਹ ਸਰੀਰ ਉਹ ਪੇਟ ਜਿਹੜਾ ਗੰਦਗੀ ਛੱਡਣ ਲਈ, ਮੈਲਾ ਛੱਡਣ ਲਈ ਤਿਆਰ ਨਾ ਹੋਵੇ। ਆਖੋ ਸਤਨਾਮ। ਹਾਲ ਆ ਸਾਡਾ, ਮੈਲਾ ਅਤੇ ਗੰਦਗੀ ਛੱਡਣ ਨੂੰ ਮਨ ਤਿਆਰ ਹੀ ਨਹੀਂ, ਜਿਵੇਂ ਕਬਜ਼ ਹੋਈ ਹੁੰਦੀ ਨਾ, ਇਹ ਹਿਸਾਬ ਆ ਸਾਡਾ ਬਹੁਤਿਆਂ ਦਾ। ਆਖੋ ਸਤਨਾਮ। ਦੇਖ ਧਿਆਨ ਨਾਲ ਦੇਖ, ਪਾਤਸ਼ਾਹ ਕਹਿੰਦੇ ਇੰਨਾ ਸੁੰਦਰ ਜੀਵਨ ਮਿਲਿਆ, ਨਾਮ ਨਿਤ ਨਿਤ ਲੇ, ਜਿੰਨੀ ਨਾਮ ਵਿਸਾਰਿਆ ਸਿਹੋਤ ਦੇਖੇ ਖੇ, ਪੁੱਤਰ ਮਿੱਤਰ ਬਿਲਾਸ ਬਨਤਾ। ਇਹਨਾਂ ਬਦਲੇ ਮਰ ਗਿਆ ਨਾ ਸਾਰੀ ਉਮਰ ਕਰਦਾ। ਕਹਿੰਦੇ ਪੁੱਤਰ ਮਿੱਤਰ ਵਿਲਾਸ ਬਨਤਾ, ਇਸਤਰੀ ਨੂੰ ਕਿਹਾ ਪੁੱਤਰ ਮਿੱਤਰ ਵਿਲਾਸ ਬਨਤਾ, ਟੂਟਤੇ ਇਹ ਨੇ ਜਿਸ ਦਿਨ ਜਾਣਾ ਨਾ ਇਹ ਨਾਤੇ ਟੁੱਟ ਜਾਣਗੇ। ਹਰ ਭਗਤ ਦ੍ਰਿੜ ਮਿਲ ਸਾਧ ਨਾਨਕ। ਸ਼ਰਾਬੀਆਂ ਨਾਲ ਬਾਣੀ ਪੜ੍ਹੋਗੇ, ਆਖੋ ਸਤਨਾਮ। ਜੁਹਾਰੀਆਂ ਨਾਲ ਪੜ੍ਹੋਗੇ, ਬਲੈਕੀਆਂ ਨਾਲ ਪੜ੍ਹੋਗੇ ਜਾ ਕੇ, ਸਾਧੂ ਨਾਲ ਸੰਗਤ ਕਰਨੀ ਪੈਗੀ, ਸਾਧਨਾ ਕਰਨ ਵਾਲੇ ਬੰਦੇ ਦੇ ਨਾਲ ਗੱਲ ਵਰਦੀ ਨਹੀਂ। ਬਾਬਾ ਜੀ ਸੁੰਦਰ ਗਾਥਾ ਸੁਣਾ ਰਹੇ ਸੀ, ਪ੍ਰੇਮ ਚੋਂ ਕੀ ਨਿਕਲਦਾ, ਪ੍ਰੇਮ ਚੋਂ ਪਰਮਾਤਮਾ ਨਿਕਲਦਾ। ਆਖੋ ਸਤਨਾਮ। ਹਰ ਭਗਤ ਦ੍ਰਿੜ ਮਿਲ ਸਾਧ ਨਾਨਕ, ਤੇਰੇ ਕਾਮ ਆਵਤ ਇਹ। ਆਖੋ ਸਤਨਾਮ। ਸਰਮਾਇਆ ਇਕੱਠਾ ਕੀਤਾ ਹੋਇਆ ਪਿਆਰਿਓ, ਐਸ ਸਰੀਰ ਦੇ ਦੁਆਰਾ ਮਕਾਨ ਬਣਾਏ ਨੇ, ਕੋਠੀਆਂ ਬਣਾਈਆਂ, ਇੱਥੇ ਰਹਿ ਜਾਣਗੀਆਂ। ਐਸ ਸਰੀਰ ਦੇ ਦੁਆਰਾ ਧੀਆਂ ਪੁੱਤਰ ਪੈਦਾ ਕੀਤੇ ਨੇ, ਨਾਲ ਨਹੀਂ ਜਾਂਦੇ। ਐਸ ਸਰੀਰ ਦੇ ਦੁਆਰਾ ਜ਼ਮੀਨ ਜਾਇਦਾਦ ਬਣਾਈ, ਨਾਲ ਨਹੀਂ ਜਾਣੀ। ਬਦਕਿਸਮਤੀ ਇਸ ਮਨੁੱਖ ਦੀ, ਜੇ ਸਰੀਰ ਦੇ ਦੁਆਰਾ ਸਭ ਕੁਝ ਬਣਾਇਆ, ਉਹ ਸਰੀਰ ਵੀ ਨਾਲ ਨਹੀਂ ਜਾਣਾ। ਆਖੋ ਸਤਨਾਮ। ਵੀ ਕਹਿੰਦੇ ਪਾਤਸ਼ਾਹ ਸਾਥ ਨਾ ਚੱਲੈ ਬਿਨ ਭਜਨ, ਵਿਖਿਆ ਸਗਲੀ ਸ਼ਾਰ। ਤੂੰ ਆ ਬਾਜ ਆ ਜਾ, ਤੇਰੇ ਸਤਿਗੁਰ ਵਾਰ ਵਾਰ ਆਵਾਜ਼ਾਂ ਮਾਰਦੇ ਕਹਿੰਦੇ ਨੇ ਤੇਰੇ ਨਾਲ, ਇਸ ਤੋਂ ਬਗੈਰ ਕੁਝ ਨਹੀਂ ਜਾਣਾ, ਭਜਨ ਤੋਂ ਬਗੈਰ ਜਾਣਾ ਨਹੀਂ, ਕੁਝ ਵੀ ਨਹੀਂ ਜਾਂਦਾ। ਕੋਈ ਦੇਖਿਆ ਨਾਲ ਲਿਜਾਂਦੇ ਪਿਆਰਿਓ? ਕਦੇ ਕਾਰੂ ਬਾਦਸ਼ਾਹ ਨੂੰ ਦੇਖੀਏ, 40 ਗੰਜ ਜੋੜ ਲਏ, ਆਖਰ ਖਾਲੀ ਗਿਆ। ਸਿਕੰਦਰ ਵਰਗੇ ਸ਼ਹਿਨਸ਼ਾਹ ਜਿਨ੍ਹਾਂ ਨੇ ਸੰਸਾਰ ਨੂੰ ਜਿੱਤਣਾ ਚਾਹਿਆ, ਆਖਰਕਾਰ ਜਾਣ ਲੱਗੇ, ਇਹ ਗੱਲ ਕਹਿਣੀ ਪਈ। ਕਹਿੰਦੇ ਮੇਰੇ ਹੱਥ ਕਫਨ ਤੋਂ ਬਾਹਰ ਕੱਢ ਦਿਓ। ਕਹਿੰਦੇ ਅਹਿਲਕਾਰ ਕਹਿਣ ਲੱਗੇ ਕਿਉਂ,
ਇਹ ਇਸਲਾਮ ਦੇ ਖਿਲਾਫ ਆ, ਇਹ ਧਰਮ ਦੇ ਖਿਲਾਫ ਆ। ਕਹਿੰਦੇ ਮੇਰਾ ਹੁਕਮ ਆ। ਕਹਿੰਦੇ ਕਾਰਨ, ਕਹਿੰਦੇ ਮੈਂ ਸੰਸਾਰ ਨੂੰ ਦੱਸ ਕੇ ਜਾਣਾ ਚਾਹੁੰਦਾ, ਜਿਹਨਾਂ ਕੋਲ ਕੁਝ ਨਹੀਂ ਹੁੰਦਾ ਉਹ ਤੇ ਖਾਲੀ ਜਾਂਦੇ ਹੀ ਨੇ, ਜਿਹਨਾਂ ਕੋਲ ਸਭ ਕੁਝ ਹੁੰਦਾ ਉਹ ਵੀ ਅੱਜ ਖਾਲੀ ਚੱਲੇ ਨੇ। ਆਖੋ ਸਤਨਾਮ। ਆਹ ਪੜਿਓ ਜਰਾ। ਚੱਲਿਆ ਜੋਹਾਰੀਆ ਦੋਨੋ ਹੱਥ ਝਾੜ ਕੇ, ਜੋਹਾਰੀਆ ਦੋਨੋ ਹੱਥ ਝਾੜ ਕੇ, ਚੱਲੇ ਜੁਹਾਰੀ ਦੋਏ ਹੱਥ ਚਾੜ। ਆਖੋ ਸਤਨਾਮ। ਖਾਲੀ ਜਾਣਾ ਪੈਂਦਾ ਪਿਆਰਿਓ, ਸਰਮਾਇਆ ਨਹੀਂ ਨਾਲ ਜਾਂਦਾ, ਸ਼ਬਦ ਦੀ ਕਮਾਈ ਨਾਲ ਜਾਂਦੀ ਆ। ਜੋ ਸਰੀਰ ਦੇ ਦੁਆਰਾ ਕਮਾਇਆ ਬਣਾਇਆ ਉਹ ਇੱਥੇ ਰਹਿ ਜਾਣਾ, ਜੋ ਸ਼ਬਦ ਦੇ ਦੁਆਰਾ ਘੜਿਆ ਘੜੀਏ ਸ਼ਬਦ ਸੱਚੀ ਟਕਸਾਲ, ਆਹ ਉਹ ਸ਼ਬਦ ਘੜਿਆ ਕਰ, ਨਾਮ ਬਾਣੀ ਦੇ ਵਿਅਰਥ ਸਮਾਂ ਨਾ ਗਵਾਇਆ ਕਰ, ਬਹੁਤਾ ਸਮਾਂ ਸਿਮਰਨ 'ਚ ਲਗਾਇਆ ਕਰੀਏ ਜੇ ਲਾਹਾ ਲੈਣਾ ਤੇ। ਅਗਰ ਸੁੱਖ ਮਿਲਣਾ ਨਾ ਸਿਮਰਨ 'ਚੋਂ ਮਿਲਣਾ, ਪਾਤਸ਼ਾਹ ਕਹਿੰਦੇ ਨਾਨਕ ਸਿਮਰਨ ਸਾਰ ਹੈ। ਆਖੋ ਸਤਨਾਮ। ਦੂਸਰ ਨਾਹੇ ਨਾ ਕੋਏ, ਕਿਤੇ ਭੁਲੇਖਾ ਨਾ ਰਹੇ। ਬੰਦਿਆਂ ਤੋਂ ਸੁੱਖ ਨਹੀਂ ਮਿਲਦਾ, ਅੱਜ ਮਿੱਤਰ ਲੱਗਦੇ ਨੇ, ਕੱਲ੍ਹ ਦੇ ਪੱਕੇ ਦੁਸ਼ਮਣ ਨੇ। ਆਖੋ ਸਤਨਾਮ। ਜਿਹੜੇ ਕੱਲ ਦੇ ਦੁਸ਼ਮਣ ਨੇ ਅੱਜ ਮਿੱਤਰ ਲੱਗਦੇ ਨੇ। ਤਦੀ ਪਾਤਸ਼ਾਹ ਇਸ ਨੂੰ ਬਾਰ ਬਾਰ ਕਹਿੰਦੇ ਨੇ, ਬਾਰ ਬਾਰ ਸਮਝਾਉਂਦੇ ਨੇ, ਤੂੰ ਆ ਬਾਜ ਆ ਜਾ ਪੁੱਤਰ। ਮਿੱਤਰ ਨੂੰ ਤਾਂ ਨਹੀਂ ਕੋਈ ਨੇੜਤਾ ਹੁੰਦੀ, ਪਰਿਵਾਰ ਨਾਲੋਂ ਤਾਂ ਨਹੀਂ ਕੋਈ ਨੇੜਤਾ ਤੇਰੇ ਨੇੜੇ, ਪਰ ਆਖਰ ਵੇਲੇ ਤੇ ਉਹ ਵੀ ਹੱਥ ਛੱਡ ਜਾਂਦੇ ਨੇ। ਆਖੋ ਸਤਨਾਮ। ਇੰਗਲੈਂਡ ਅਸੀਂ ਗਏ, ਕੁਛ ਸੱਜਣ ਸਾਨੂੰ ਓਲਡ ਪੀਪਲਸ ਹੋਮ ਜਿੱਥੇ ਬਜ਼ੁਰਗ ਰਹਿੰਦੇ ਨੇ, ਪਹਿਲੇ ਸਾਲ ਦੀ ਗੱਲ ਆ, ਉੱਥੇ ਲੈ ਗਏ। ਕੌਲੀ 'ਚ ਕੁਝ ਫੜਿਆ ਹੋਇਆ, ਕਹਿੰਦੇ ਜੀ ਮੇਰੀ ਮਾਤਾ ਜੀ ਉੱਥੇ ਰਹਿੰਦੇ ਆ, ਤੁਸੀਂ ਜ਼ਰੂਰ ਚਲੋ। ਕਿ ਚਲੋ, ਜਦੋਂ ਉੱਥੇ ਜਾ ਕੇ ਦੇਖਿਆ, ਕੌਲੀ ਤੋਂ ਕਾਗਜ਼ ਲਾ ਦਿੱਤਾ, ਦੇਖਿਆ ਤਾਂ ਵਿੱਚ ਪ੍ਰਸ਼ਾਦ। ਕਿਆ ਦੱਸੋ, ਕਹਿੰਦੇ ਜੀ ਅਰਦਾਸ ਕਰਦੇ ਹੋ ਇਹਨਾਂ ਦਾ ਕੰਮ ਨਿਬੜ ਜਾਏ। ਆਖੋ ਸਤਨਾਮ। ਉਹ ਮੂਰਖਾ, ਮੈਨੂੰ ਇਸ ਕਰਕੇ ਲਿਆ ਵੀ ਤੇਰੀ ਮਾਂ ਮਰ ਜਾਏ, ਤੂੰ ਜੀਵਨ ਦੇ ਸਕਦਾ ਕਿਸੇ ਨੂੰ? ਜੀਵਨ ਦੇ ਸਕਦੇ ਹੋ? ਜੇ ਜੀਵਨ ਨਹੀਂ ਦੇ ਸਕਦੇ ਫਿਰ ਕਿਸੇ ਦੀ ਮੌਤ ਦੀ ਅਰਦਾਸ ਕਰਨ ਦਾ ਤੈਨੂੰ ਤਾਂ ਮੈਨੂੰ ਕੀ ਹੱਕ ਆ? ਆਖੋ ਸਤਨਾਮ। ਓਹੋ ਹੋ, ਚਾਰ ਦਿਨ ਬੰਦਾ ਬਿਮਾਰ ਹੋ ਜਾਏ
ਬੱਲੇ ਬੱਲੇ ਬੱਲੇ, ਇੱਕੋ ਹੀ ਗੱਲ ਕਹੀ ਜਾਂਦੇ ਆ ਵੀ ਹੁਣ ਅਰਦਾਸ ਕਰਦੇ ਹੋ, ਹੁਣ ਪੜਦਾ ਪੈ ਜਾਏ, ਆਖੋ ਸਤਨਾਮ, ਹੁਣ ਪੜਦਾ ਪੈ ਜਾਏ। ਓਹੋ ਹੋ, ਜਿਸ ਸਰੀਰ ਦਾ ਸਾਰੀ ਜੀਵਨ ਸੁੱਖ ਲਿਆ ਉਹ ਹੁਣ ਚੰਗਾ ਨਹੀਂ ਲੱਗਦਾ, ਕਿਉਂ? ਹੁਣ ਚਾਰ ਦਿਨ ਚੱਕਣਾ ਪੈ ਗਿਆ, ਆਖੋ ਸਤਨਾਮ। ਪਾਤਸ਼ਾਹ ਬਾਰ ਬਾਰ ਕਹਿੰਦੇ ਨੇ ਤੇਰੇ ਨਾਲ ਇੱਥੇ ਕੋਈ ਵੀ ਨਹੀਂ, ਤੂੰ ਇਕੱਲਾ ਹੀ ਆਇਆ ਸੀ, ਇਕੱਲੇ ਨਹੀਂ ਜਾਣਾ, ਤੂੰ ਇਸ ਮਾਰਗ 'ਤੇ ਇਸ ਕਰਕੇ ਆਇਆ ਸੀ, ਮੈਂ ਆਇਆ ਦੂਰੋਂ ਚੱਲ ਕੇ। ਓਹ ਪਤਾ ਨਹੀਂ 84 ਦੇ ਕਿੰਨੇ ਗੇੜ ਕੱਢੇ ਨੇ, ਕਿੰਨੇ ਯੁੱਗ ਬੀਤ ਗਏ ਨੇ, ਅਤੇ ਮਾਲਕ ਕਹਿੰਦੇ ਨੇ ਮੈਂ ਤੱਕੀ ਤੋਂ ਸਰਨਾਏ ਜੀਓ, ਹੁਣ ਤਾਂ ਮੈਂ ਆਸਰਾ ਤੱਕ ਕੇ ਆਇਆ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ। ਉਹ ਦੁੱਖ ਜਿਹੜਾ ਜਨਮ ਮਰਨ ਦਾ, ਉਹ ਦਾਤਾ ਸਦਾ ਲਈ ਕੱਟਦੇ ਹੋ, ਕਦੇ ਮੱਝਾਂ ਦੇ ਪੇਟਾਂ 'ਚ ਮੈਂ ਉਲਟਾ ਲਟਕਦਾ, ਓਹੋ ਹੋ, ਕਦੇ ਸੂਰੀਆਂ ਦੇ ਪੇਟਾਂ ਵਿੱਚ ਲਟਕਦਾ। ਦਾਤਾ ਬਖਸ਼ ਲਿਓ, ਇਸ ਤੋਂ ਵੱਧ ਦੁੱਖ ਨਹੀਂ ਜਨਮ ਮਰਨ ਵਿੱਚ ਦੁੱਖ ਸਵਾਇਆ। ਮਰਨਾ ਕਦੇ ਅਸੀਂ ਮੌਤ, ਤੁਸੀਂ ਦੇਖੋ ਕਿੱਦਾਂ ਲੇਰਾਂ ਪੈਂਦੀਆਂ, ਆਖੋ ਸਤਨਾਮ। ਕਬੀਰ ਸਾਹਿਬ ਰੱਬ ਦੇ ਪਿਆਰੇ, ਉਹਨਾਂ ਦੇ ਅੰਦਰ ਵੀ ਸ਼ੰਕਾ ਹੋ ਗਈ, ਕਿਆ ਜਾਣਾ ਕਿ ਉਹ ਮਰੇਗੇ, ਕੈਸਾ ਮਰਨਾ ਹੋਏ। ਆਹਾਹਾਹਾ, ਉਹਨਾਂ ਦੇ ਅੰਦਰ ਵੀ ਸ਼ੰਕਾ ਆਈ ਵੀ ਪਤਾ ਨਹੀਂ ਆਖਰੀ ਪਲ ਕਿਹੋ ਜਿਹੇ ਹੋਣੇ ਨੇ। ਪਰ ਪਤਾ ਪਾਤਸ਼ਾਹ ਕੀ ਕਹਿੰਦੇ ਨੇ, ਕਹਿੰਦੇ ਜੇ ਮਨੋ ਸਾਹਿਬ ਨਾ ਵਿਸਰੇ ਫਿਰ ਮਰਨਾ ਸੁਖਾਲਾ ਹੋ ਜਾਂਦਾ, ਆਖੋ ਸਤਨਾਮ, ਸੌਖਾ ਮਰਨਾ। ਸਿਮਰਨ ਵਿੱਚ ਸੁਰਤ ਜੁੜਨ ਲੱਗ ਪਏ ਨਾ, ਫਿਰ ਤਾਂ ਸਰੀਰੋਂ ਬਾਹਰ ਵੀ ਆ ਜਾਂਦਾ, ਫਿਰ ਵੀ ਅੰਦਰ ਚਲਾ ਜਾਂਦਾ, ਆਖੋ ਸਤਨਾਮ। ਸਿਮਰਨ ਸਾਰ ਆ, ਸਿਮਰਨ ਰੌਲੇ ਦਾ ਨਾਂ ਨਹੀਂ। ਸਿਮਰਨ ਸੁਰਤ ਲਗਾਏ ਕੇ, ਮੁੱਖ ਸੇ ਕੁਛ ਮਤ ਬੋਲ, ਬਾਹਰ ਕੇ ਪੱਟ ਦਹਿ ਕੇ ਅੰਦਰ ਕੇ ਪੱਟ ਖੋਲ, ਆਖੋ ਸਤਨਾਮ। ਸਾਰੀ ਜ਼ਿੰਦਗੀ ਹੋ ਗਈ ਰੌਲਾ ਪਾਉਂਦਿਆਂ ਨੂੰ, ਵਾਹਿਗੁਰੂ ਵਾਹਿਗੁਰੂ ਕਰਦੇ ਨੂੰ, ਰਾਮ ਰਾਮ ਕਰਦੇ ਨੂੰ। ਪਤਾ ਕੀ ਕਹਿੰਦੇ ਨੇ ਕਬੀਰ ਸਾਹਿਬ, ਰਾਮ ਰਾਮ ਸਭ ਕੋ ਕਹੇ ਠੱਗ ਠਾਕਰ ਔਰ ਚੋਰ। ਸੁਣਨਾ ਪੰਕਤੀ ਜ਼ਰਾ, ਬੜਾ ਰੌਲਾ ਪਾਉਂਦਾ ਏ। ਰਾਮ ਰਾਮ ਸਭ ਕੋ ਕਹੇ ਠੱਗ ਠਾਕਰ ਔਰ ਚੋਰ, ਓਹ ਬਿਨਾਂ ਪ੍ਰੇਮ ਪ੍ਰੇਮ ਰੀਝੇ ਨਹੀਂ ਤੁਲਸੀ ਨੰਦ ਕਿਸ਼ੋਰ, ਆਖੋ ਸਤਨਾਮ। ਪ੍ਰੇਮ ਕਿੱਥੇ ਆ, ਪ੍ਰੇਮ ਵਾਲਾ ਤਾਂ ਖਾਨਾ ਹੀ ਬੰਦ ਕਰ ਦਿੱਤਾ, ਆਖੋ ਸਤਨਾਮ। ਪੜ੍ਹਦਾ ਰਹੇ ਸੀ ਬਾਬਾ ਜੀ, ਸਮਾਂ ਹੋ ਗਿਆ ਪਿਆਰਿਓ, ਆਖੋ ਸਤਨਾਮ। ਇੱਕ ਮਿੰਟ ਬਾਕੀ ਰਹਿ ਗਿਆ, ਅਸੀਂ ਤਾਂ ਮਹਾਂਪੁਰਸ਼ਾਂ ਨੂੰ ਜੀ ਐਂ ਕਹਿਣਾ ਹੁੰਦਾ ਇਹਨਾਂ ਦਿਨਾਂ ਵਿੱਚ, ਪਰ ਫਿਰ ਵੀ ਆਪ ਜੀ ਦੇ ਨਾਲ ਕਦੇ ਕਦੇ ਜਦੋਂ ਮਹਾਂਪੁਰਸ਼ ਹੜ੍ਹ ਵਗਾਉਂਦੇ ਨੇ ਨਾ, ਸਮੁੰਦਰ ਠਾਠਾ ਮਾਰਦਾ, ਬਾਬਾ ਜੀ ਨੇ ਇੰਨਾ ਆਨੰਦ ਬਣਿਆ, ਇੱਛਾ ਨਹੀਂ ਸੀ ਕਰਦੀ ਉਹਨਾਂ ਨੂੰ ਕਹੀਏ ਕਿ ਬੰਦ ਕਰ ਦਿਓ, ਪਰ ਸਮਾਂ ਸਾਰਣੀ ਕਹਿ ਲਈਏ, ਹਰ ਗੱਲ ਸਮੇਂ ਨਾਲ ਹੀ ਆ। ਇੱਕ ਦਿਨ 12:00 ਵਜਾ ਦਿਆਂਗੇ, ਦੂਜੇ ਦਿਨ ਤੁਸੀਂ ਨਹੀਂ ਇੱਥੇ ਆਉਣਾ, ਆਖੋ ਸਤਨਾਮ। ਆ ਸਾਡੀ ਤਾਂ ਬੇਰਾਮਿਆਂ ਦੀ ਪਾਰਟੀ ਆ, ਆਹ ਜਿਹੜੇ ਬੈਠੇ ਨਾ ਅੱਗੇ, ਇੱਥੋਂ 12:00 ਜਾਣਾ, ਮਹਾਂਪੁਰਸ਼ਾਂ ਨੇ ਪ੍ਰਸ਼ਾਦਾ ਛਕਣਾ, 12:30 ਵੱਜ ਜਾਣਾ, 3:00 ਫਿਰ ਕਥਾ ਦਾ ਟਾਈਮ ਆ, ਫਿਰ ਸ਼ਬਦ ਦਾ ਟਾਈਮ ਆ, ਫਿਰ ਓਨੀ ਦੇਰ ਨੂੰ ਭੋਗ ਦਾ ਸਮਾਂ ਆ ਜਾਂਦਾ, ਸਾਰੀ ਰਾਤ ਹੀ ਸਤਿਗੁਰ ਦੀ ਕਿਰਪਾ ਵਰਸਦੀ ਆ, ਆਖੋ ਸਤਨਾਮ। ਤੂੰ ਵੀ ਕਦੇ ਜਾਗਿਆ ਕਰ,
ਅੱਖਾਂ ਅੱਡ ਅੱਡ ਕੇ ਜਾਗਣ ਨਹੀਂ ਕਹਿੰਦੇ। ਮਨ ਨੂੰ ਹੋੜਨਾ ਵਿਕਾਰਾਂ ਤੋਂ, ਈਰਖਾ ਤੋਂ, ਨਿੰਦਿਆ ਤੋਂ, ਇਹਨੂੰ ਜਾਗਣਾ ਕਿਹਾ। ਆਖੋ ਸਤਨਾਮ। ਢੋਲਕੀਆਂ ਬਾਜੇ ਵੀ ਖੜਕਾਈ ਜਾਣੇ, ਸਵੇਰੇ ਬਾਲਟੀਆਂ ਵੀ ਖੜਕਾਈ ਜਾਣੀਆਂ, ਸਾਰਾ ਦਿਨ ਨਿੰਦਿਆ ਵੀ ਕਰੀ ਜਾਣੀ। ਆਖੋ ਸਤਨਾਮ। ਹੋੜ ਦੇ ਇਸ ਮਨ ਨੂੰ, ਇਹਨੂੰ ਸਭ ਤੋਂ ਵੱਧ ਰਸ ਦੂਜੇ ਦੇ ਔਗਣ ਚੱਕਣ ਚ ਲੱਗਦਾ। ਆਖੋ ਸਤਨਾਮ। ਅੱਧੇ ਸਾਧ ਬਣ ਜਾਓਗੇ ਕਿਸੇ ਦੀ, ਨਾ ਨਿੰਦਿਆ ਕਰੋ ਨਾ ਉਸਤਤ ਕਰੋ। ਆਖੋ ਸਤਨਾਮ। ਅੱਠ ਦਿਨ ਆ ਜਿਹੜੇ ਬਾਕੀ ਰਹਿੰਦੇ ਨੇ ਨਾ, 10 ਦਿਨ, ਕਸਮ ਖਾ ਲਓ, ਨਾ ਕਿਸੇ ਸੰਸਾਰੀ ਬੰਦੇ ਦੀ ਨਿੰਦਿਆ ਕਰਨੀ, ਨਾ ਉਹਦੀ ਉਸਤਤ ਕਰਨੀ ਆ। ਤੁਹਾਨੂੰ ਇਉਂ ਲੱਗੇਗਾ ਜਿਵੇਂ ਤੁਸੀਂ ਖਾਲੀ ਖਾਲੀ ਅਤੇ ਰੱਬ ਦੇ ਮਾਲਕ ਦੀ ਕਿਰਪਾ ਨਾਲ ਭਰੇ ਭਰੇ ਹੋਏ ਤੁਰੇ ਹੋਏ। ਆਖੋ ਸਤਨਾਮ। ਕਰਕੇ ਦੇਖਣਾ ਪਏਗਾ। ਬਸ ਇੱਕੋ ਹੀ ਗੱਲ ਕਰਦਾ ਜੀ, ਬਾਕੀ ਤਾਂ ਠੀਕ ਆ ਪਰ। ਆਖੋ ਸਤਨਾਮ। ਫਿਰ ਜਦੋਂ ਪਰ ਲੱਗ ਜਾਂਦੇ ਫਿਰ ਉੜ ਜਾਂਦਾ, ਫਿਰ ਕੌਣ ਹੱਥ ਆਉਂਦਾ। ਆਖੋ ਸਤਨਾਮ। ਗੁਰੂ ਕਿਰਪਾ ਕਰੇ ਕੱਲ ਫਿਰ ਆਈਏ। ਫਿਰ ਪਾਤਸ਼ਾਹ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਕੱਲ, ਮੌਸਮ ਨੇ, ਮਾਲਕ ਨੇ ਕਿਰਪਾ ਰੱਖੀ, ਆਪ ਵੀ ਆਈਏ, ਹੋਰਨਾਂ ਨੂੰ ਵੀ ਨਾਲ ਲਿਆਈਏ। ਪਤਾ ਕੀ ਮਨ ਨੂੰ ਅੱਜ ਪੜ੍ਹਾਉਂਦੇ ਜਾਣਾ, ਗੱਲਾਂ ਨਹੀਂ ਕਰਨੀਆਂ ਟਰਾਲੀਆਂ 'ਚ ਸਕੂਟਰਾਂ 'ਤੇ, ਆਹ ਪੰਕਤੀ ਪੜ੍ਹਾਉਂਦੇ ਜਾਣਾ ਕੱਲ ਤੱਕ। ਲਾਹ ਲੁੱਟ ਲੈ ਮਨਾ, ਵੇਲਾ ਬੀਤ ਜਾਏਗਾ। ਲਾਹ ਲੁੱਟ ਲੈ ਮਨਾ, ਵੇਲਾ ਬੀਤ ਜਾਏਗਾ। ਲਾਹ ਲੁੱਟ ਲੈ ਮਨਾ, ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ। ਬਿਨਾਂ ਕਿਸੇ ਕਾਰਜ ਤੋਂ ਇਹ ਕੁਝ ਕੀਤਾ ਨਾ, ਪਸ਼ੂਆਂ ਦੀ ਤਰ੍ਹਾਂ ਬੱਚੇ ਪੈਦਾ ਕਰ ਲਏ। ਆਖੋ ਸਤਨਾਮ। ਤਿੰਨ ਚੀਜ਼ਾਂ ਤੇ ਪਸ਼ੂ ਵੀ ਕਰਦੇ ਨੇ, ਖਾਂਦੇ ਨੇ, ਪੀਂਦੇ ਨੇ, ਸੌਂਦੇ ਨੇ, ਬੱਚੇ ਪੈਦਾ ਕਰਦੇ ਨੇ, ਦੱਸ ਚੌਥਾ ਕੰਮ ਤੂੰ ਕਿਹੜਾ ਕੀਤਾ। ਆਖੋ ਸਤਨਾਮ। ਬੱਚੇ ਤੇਰੇ ਹੋ ਗਏ, ਇਹ ਤਾਂ ਪਸ਼ੂਆਂ ਦੇ ਵੀ ਨੇ। ਉਹ ਪਸ਼ੂ ਤਾਂ ਜੇ 5-6 ਮਹੀਨੇ ਬਾਅਦ ਭੁੱਲ ਜਾਂਦੇ ਨੇ, ਇਹ ਤਾਂ ਮਰਨ ਤੋਂ ਬਾਅਦ ਵੀ ਹੋ ਕੇ ਲੈਂਦਾ ਫਿਰ ਮੁੜ ਆਉਂਦਾ। ਆਖੋ ਸਤਨਾਮ। ਆ ਜਾਨਵਰ ਜਿਹੜੇ ਨੇ ਨਾ, ਮੱਝਾਂ ਗਾਵਾਂ, 1-2 ਮਹੀਨੇ ਬਾਅਦ ਭੁੱਲ ਜਾਂਦੇ ਨੇ। ਆ ਬੱਚਿਆਂ ਨੂੰ ਭੁੱਲ ਜਾਂਦੀਆਂ, ਬੱਚੀਆਂ ਨੂੰ ਭੁੱਲ ਜਾਂਦੀਆਂ ਗਾਵਾਂ, ਆਪਣੇ ਬੱਚਿਆਂ ਨੂੰ ਭੁੱਲ ਜਾਂਦੇ ਨੇ 1-2 ਮਹੀਨੇ ਬਾਅਦ। ਅਸੀਂ ਤਾਂ ਮਰ ਕੇ ਵੀ ਇਹਨਾਂ ਦੀ ਜਾਨ ਨਹੀਂ ਛੱਡਦੇ। ਆਖੋ ਸਤਨਾਮ।
ਹੌਕੇ ਮਾਰਦਾ ਜਾਂਦਾ ਵੀ ਮੈਂ ਪੁੱਤਾਂ ਦਾ ਕੁਝ ਨਹੀਂ ਬਣਾਇਆ। ਤੇਰੇ ਤੋਂ ਕੀ ਬਣ ਜਾਓ, ਤੇਰਾ ਪਿਓ ਨਾ ਤੇਰਾ ਬਣਾ ਸਕਿਆ, ਤੇਰਾ ਬਾਬਾ ਤੇਰੇ ਬਾਪ ਦਾ ਨਾ ਬਣਾ ਸਕਿਆ, ਤੇਰਾ ਪੜਦਾਦਾ ਤੇਰੇ ਬਾਬੇ ਦਾ ਨਾ ਬਣਾ ਸਕਿਆ, ਹੁਣ ਤੂੰ ਲੱਗਾ ਦੇਖੀਏ ਕੀ ਬਣਾ ਕੇ ਜਾਂਦਾ। ਆਖੋ ਸਤਨਾਮ। ਕੀ ਕਹਿੰਦੇ ਪਾਤਸ਼ਾਹ, ਨਾਂਗੇ ਆਵਣ ਨਾਂਗੇ ਜਾਣਾ, ਕੀ ਦੇ ਕੇ ਚਲੇ ਜਾਏਗਾ। ਧਰਤੀ ਪਈ ਹੈ ਤੋਲਵੀਂ, ਪਤਾ ਨਹੀਂ ਕਿੰਨਿਆਂ ਦੇ ਨਾਂ ਲਿਖੇ ਗਏ। ਪਹਿਲਾਂ ਤੇਰੇ ਪੜਦਾਦੇ ਦਾ ਸ਼ਕੜਦਾਦੇ ਦਾ ਨਾਂ ਸੀ, ਫਿਰ ਪੜਦਾਦੇ ਦਾ ਆ ਗਿਆ, ਫਿਰ ਬਾਬੇ ਦਾ ਆ ਗਿਆ, ਤੇਰੇ ਬਾਪ ਦਾ ਆ ਗਿਆ, ਫਿਰ ਤੇਰਾ ਆ ਗਿਆ। ਆ ਹੁਣ ਤੇਰਾ ਵੀ ਮੁਠੀਆ ਕਸਣ ਨੂੰ ਫਿਰਦੇ ਆ, ਤੇਰਾ ਵੀ ਮੁਠੀਆ ਹੁਣ ਕਸਣ ਨੂੰ ਫਿਰਦੇ। ਜੀਂਦੇ ਜੀ ਪਹਿਲਾਂ ਹੀ ਅੰਗੂਠਾ ਲਵਾ ਲੈਂਦੇ ਆ ਵੀ ਮੇਰੇ ਨਾਂ ਲਿਖ ਜਾ, ਕੱਲ੍ਹ ਨੂੰ ਫਿਰ ਤੇਰੀਆਂ ਭੈਣਾਂ ਤੇਰੀਆਂ ਹੋਰ ਹੋਰ ਰਿਸ਼ਤੇਦਾਰ ਹਿੱਸਾ ਲੈ ਲੈਣਗੀਆਂ, ਤੂੰ ਪਹਿਲਾਂ ਬਾਪੂ ਲਿਖ ਜਾ ਇੱਥੇ। ਆਖੋ ਸਤਨਾਮ। ਜਿਵੇਂ ਅਸੀਂ ਕੀਤਾ ਉਹਨਾਂ ਨੇ ਵੀ ਤਾਂ ਇੱਦਾਂ ਹੀ ਕਰਨਾ। ਜਿਵੇਂ ਅਸੀਂ ਆਪਣੇ ਬੁੜੇ ਦਾ ਅੰਗੂਠਾ ਲਵਾ ਲਿਆ, ਹੁਣ ਸਾਡੇ ਅਗਲੇ ਉਹ ਵੀ ਲਾਉਣ ਨੂੰ ਫਿਰਦੇ ਨੇ ਵੀ ਪਹਿਲਾਂ ਪਹਿਲਾਂ ਹੀ ਕੰਮ ਕਰ ਲਓ, ਨਹੀਂ ਤਾਂ ਮੈਂ ਨਹੀਂ ਕੁਝ ਵੀ ਕਰਨਾ ਤੇਰਾ, ਜਿਹਨੂੰ ਦੇ ਕੇ ਜਾਣਾ ਉਹ ਹੀ ਕਰੂ। ਆਖੋ ਸਤਨਾਮ। ਆ ਬਾਬਾ ਜੀ ਬੜੇ ਸੁੰਦਰ ਇੱਕ ਵਿਚਾਰ ਕਰ ਰਹੇ ਸੀ, ਮੈਂ 2 ਮਿੰਟ ਆਪ ਜੀ ਦੇ ਹੋਰ ਲੈਣੇ ਨੇ। ਧੰਨੇ ਦੀਆਂ ਗਊਆਂ ਦੀ ਗੱਲ ਕਰਦੇ ਸੀ ਵੀ ਉਹਨੇ ਗਊਆਂ ਚਾਰੀਆਂ, ਹਲਟ ਹੱਕਿਆ ਅਤੇ ਅਸੀਂ ਬੈਠੇ ਪਿੱਛੇ, ਸਾਡੀ ਸੁਰਤ ਖਰਾਬ ਕਹਿ ਲਓ ਜਾਂ ਇਹ ਕਹਿ ਲਓ ਵਿਚਾਰ ਅੰਦਰ ਚੱਲਦਾ ਸੀ ਵੀ ਪਾਈਆ ਪਾਈਆ ਦੁੱਧ ਲਿਆਉਣ ਵਾਲੇ ਅਸੀਂ 90% ਬੈਠੇ ਹਾਂ, ਸਾਡੇ ਤਾਂ ਘਰ ਗਊ ਹੈ ਨਹੀਂ, ਸਾਡੇ ਘਰ ਰੱਬ ਕਾਹਦੇ ਲਿਆਉਣਾ ਦੱਸੋਗੇ। ਨਾ ਸਾਡੇ ਘਰ ਮੱਝ, ਨਾ ਸਾਡੇ ਘਰ ਗਾਂ। ਜੇ ਰੱਬ ਨੂੰ ਕਹਾਂਗੇ ਵੀ, ਉਹ ਕਹਿੰਦੇ ਅਸੀਂ ਤਾਂ ਪਾਈਆ ਦੁੱਧ ਨਾਲ ਅੱਧੇ ਕਿਲੋ ਨਾਲ ਸਾਰਾ ਟੱਬਰ ਸਾਰਦੇ ਹਾਂ, ਤੇਰੀ ਤਾਂ ਲੋੜ ਹੀ ਨਹੀਂ। ਆਖੋ ਸਤਨਾਮ। ਸਮਾਂ ਕਿੱਥੇ ਆ ਗਿਆ, ਮੈਂ ਇਹੀ ਆਪ ਜੀ ਨਾਲ ਵਿਚਾਰ ਕਰ ਰਿਹਾ, ਵਕਤ ਬੜਾ ਖਰਾਬ ਆ ਗਿਆ। ਅੱਜ ਨਾ ਜਦ ਭੁਚਾਲ ਆਇਆ, ਅਫੜਾ ਤਫੜੀ ਮੱਚੀ ਪਈ ਸੀ। ਆਖੋ ਸਤਨਾਮ। ਅਫੜਾ ਤਫੜੀ, ਆ ਸਭ ਅੰਗੂਠੇ ਗਾਠੇ ਲੱਗੇ ਇੱਥੇ ਰਹਿ ਜਾਣੇ ਆ, ਖਿਆਲ ਰੱਖਿਓ। ਅੰਗੂਠੇ ਗਾਠੇ ਜਿਹੜੇ ਨਾ, ਦੌੜ ਲੱਗੀ ਹੋਈ ਆ, ਇਹ ਇੱਥੇ ਰਹਿ ਜਾਂਦੀ ਆ ਪਿਆਰਿਓ, ਕੁਝ ਵੀ ਨਾਲ ਨਹੀਂ ਜਾਂਦਾ ਸਿਮਰਨ ਤੋਂ ਬਗੈਰ। ਆ ਜਦ 2 ਕੁ ਝਟਕੇ ਲੱਗੇ ਨਾ, ਬਾਹਰ ਦੌੜੇ ਫਿਰਨ। ਆਖੋ ਸਤਨਾਮ। ਬਾਹਰ ਦੌੜੇ ਫਿਰਨ। ਆ ਦੱਸ ਰਹੇ ਸੀ ਬਾਬਾ ਹਰਬੰਸ ਸਿੰਘ ਜੀ ਮੈਨੂੰ, ਕਹਿੰਦੇ ਜੰਮੂ ਇਹੋ ਜਿਹਾ ਕੁਦਰਤ ਨੇ ਖੇਡ ਕੀਤਾ, 30 ਫੁੱਟ ਥੱਲੇ ਧਰਤੀ ਜਿਹੜੀ ਸੀ ਉੱਪਰ ਰੇਤਾ ਆ ਗਈ ਅਤੇ ਪਾਣੀ ਉੱਪਰ ਚੱਲਣ ਲੱਗ ਪਿਆ ਆਪਣੇ ਆਪ ਹੀ। ਅੱਜ ਆਖੋ ਸਤਨਾਮ। ਖਿੰਨ ਮੈਂ ਥਾਪ ਉਹ ਥਾਪਨ ਹਾਰਾ, ਕਾਹਦੇ ਲਈ ਕਾਹੇ ਗਰਵ ਹੰਢੀ ਹੈ। ਪਾਤਸ਼ਾਹ ਕਹਿੰਦੇ ਜੇ ਇਸ ਜੱਗ ਵਿੱਚ ਰਹਿਣਾ ਨਹੀਂ, ਹੰਕਾਰ ਕਾਹਦਾ ਕਰਨਾ। 2 ਸਕਿੰਟ ਲੱਗੇ, ਕਹਿੰਦੇ 12,000 ਬੰਦਾ, ਪਤਾ ਨਹੀਂ ਕੱਲ੍ਹ ਨੂੰ ਕਿੰਨੀ ਕੁ ਫਿਗਰ ਆ ਜਾਣੀ ਆ, ਪਾਕਿਸਤਾਨ ਵਿੱਚ ਖਤਮ ਹੋ ਗਿਆ 2 ਮਿੰਟਾਂ ਵਿੱਚ। ਆਖੋ ਸਤਨਾਮ। ਅੱਜ ਦੀ ਗੱਲ ਆ ਇਸ ਭੁਚਾਲ ਦੇ ਨਾਲ, ਇਹ ਤਾਂ ਸੈਂਪਲ ਆ। ਸੈਂਪਲ ਜਿੱਦਾਂ ਨਾ ਕੋਈ ਚੀਜ਼ ਵੇਚਣੀ ਹੋਵੇ, ਉਸ ਤੋਂ ਪਹਿਲਾਂ ਸੈਂਪਲ ਦਿੰਦੇ ਨੇ ਦੁਕਾਨਦਾਰ, ਇਹ ਤਾਂ ਸੈਂਪਲ ਦਿੰਦਾ। ਜੇ ਸਾਨੂੰ ਬਾਜ ਨਹੀਂ ਆਉਂਦੇ, ਅਸੀਂ ਵਿਸ਼ੇ ਵਿਕਾਰਾਂ ਤੋਂ ਪਾਪਾਂ ਤੋਂ ਮੁੜਦੇ ਨਹੀਂ ਸਤਿਗੁਰ ਵੱਲ। ਆਖੋ ਸਤਨਾਮ। ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਨਾ, ਖਿਆਲ ਰੱਖਣਾ, ਇਹੋ ਜਿਹਾ ਜਦ ਸਮਾਂ ਆ ਜਾਂਦਾ ਨਾ, ਕਿਸੇ ਦਾ ਲਿਹਾਜ਼ ਨਹੀਂ ਕਰਦਾ, ਵਿੱਚੇ ਹੀ ਸਾਧ, ਵਿੱਚੇ ਹੀ ਚੋਰ, ਵਿੱਚੇ ਹੀ ਗ੍ਰਿਸ਼ਤੀ, ਵਿੱਚੇ ਹੀ ਤਿਆਗੀ, ਸਭ ਦੱਬੇ ਜਾਂਦੇ ਨੇ। ਆਖੋ ਸਤਨਾਮ। ਕਿਸੇ ਨੂੰ ਨਹੀਂ ਬਖਸ਼ਦਾ, ਹਰ ਸਵਾਸ ਨੂੰ ਜਦ ਤੱਕ ਅਸੀਂ ਆਖਰੀ ਸਵਾਸ ਨਹੀਂ ਨਾ ਸਮਝਣਾ, ਉਦੋਂ ਤੱਕ ਨਿਤਨੇਮ ਸਿਮਰਨ ਵਾਲੇ ਨੇ ਜੁੜਨਾ ਨਹੀਂ। ਆਖੋ ਸਤਨਾਮ। ਆਹ ਹਾਂ।
ਕੀ ਪਤਾ ਕਿਹਦੀ ਵਾਰੀ ਆ ਜਾਣੀ ਆ। ਆਖੋ ਸਤਨਾਮ। ਆ ਪੜਿਓ ਇੱਕ ਹੋਰ ਪੰਕਤੀ। ਬੰਦਾ ਰੱਖਦਾ ਉਮੀਦਾਂ ਲੰਮੀਆਂ, ਪਲ ਦਾ ਭਰੋਸਾ ਕੋਈ ਨਾ, ਰੱਖਦਾ ਉਮੀਦਾਂ ਲੰਮੀਆਂ, ਪਲ ਦਾ ਭਰੋਸਾ ਕੋਈ ਨਾ, ਸਮਾਨ ਸੌ ਵਰਸ ਕਾ ਪਲ ਕੀ ਖਬਰ ਨਹੀਂ। ਆਖੋ ਸਤਨਾਮ। ਸਮਾਨ ਸੌ ਵਰਸ ਕਾ, ਫਾਹਾ ਲੈ ਲੈ ਮਰਦਾ ਇੱਟਾਂ ਨਾਲ। ਆਖੋ ਸਤਨਾਮ। ਇਹਦੇ ਚੋਂ ਕੀ ਲੱਭਣਾ, ਜਦ ਵੀ ਲੱਭਣਾ ਨਾ ਅੰਦਰੋਂ ਲੱਭਣਾ ਇਹਦੇ। ਆਖੋ ਸਤਨਾਮ। ਖੋਜ ਦਿਲ ਹਰ ਰੋਜ਼, ਨਾ ਪੜ ਪਰੇਸ਼ਾਨੀ ਮਾਹੇ, ਅੰਦਰ ਦੇਖ ਦਿਲ ਨੂੰ ਖੋਜ, ਅੰਦਰ ਕੂੜਾ ਕਿਉਂ ਭਰਦਾ। ਆਖੋ ਸਤਨਾਮ। ਇਹ ਹਿਰਦਾ ਜਿਹੜਾ ਸ਼ੁੱਧ ਆ ਨਾ, ਸ਼ੁੱਧ ਹਿਰਦੇ ਚੋਂ ਤਾਂ ਹਰੀ ਨੇ ਮਿਲਣਾ। ਆਖੋ ਸਤਨਾਮ। ਸੋ ਕੱਲ ਫਿਰ ਆਈਏ ਆਪ ਜੀ ਦੀ ਸੇਵਾ ਕਰਦੇ ਹੋਏ। ਇੱਕ ਨਹੀਂ ਅਨੇਕਾਂ ਭੁੱਲਾਂ ਹੋ ਗਈਆਂ, ਖਿਮਾ ਕਰ ਦੇਣਾ। ਅਸੀਂ ਤਾਂ ਆਪ ਜੀ ਦੇ ਬੱਚੇ ਹਾਂ, ਕੋਈ ਸਾਧ ਨਹੀਂ, ਕੋਈ ਸੰਤ ਨਹੀਂ, ਕੋਈ ਬਾਬੇ ਨਹੀਂ, ਕੋਈ ਡੇਰੇਦਾਰ ਨਹੀਂ, ਬਸ ਮਹਾਂਪੁਰਸ਼ਾਂ ਦਾ ਹੀ ਇਲਾਹੀ ਬਚਨ ਹੋਇਆ ਆ ਕਿ ਤੁਸੀਂ ਰਹਿੰਦੇ ਸਵਾਸਾਂ ਤੱਕ ਇਹ ਡਿਊਟੀ ਕਰਨੀ ਆ ਅਤੇ ਬੈਠੇ ਆ ਨਹੀਂ, ਅਤੇ ਵਰਨਾ ਇੱਟਾਂ 'ਚ ਕਦੇ ਮਨ ਨਹੀਂ ਫਸਾਇਆ। ਆਖੋ ਸਤਨਾਮ। ਕਦੇ ਕਦੇ ਅਸੀਂ ਹੱਸੀ ਦਾ ਆਪਣੇ ਬੱਚਿਆਂ ਨੂੰ ਨਾਲ, ਅਤੇ ਇੱਕ ਕਛਹਿਰੇ ਤੋਂ ਬਗੈਰ ਸਾਡਾ ਕੁਝ ਕੋਈ ਕੱਢ ਕੇ ਦਿਖਾਵੇ ਇੱਥੋਂ ਡੇਰੇ 'ਚੋਂ। ਆਖੋ ਸਤਨਾਮ। ਬਚਨ ਦੀ, ਬਸ ਬਚਨ ਹੀ ਪਾਲਣਾ ਇਹ ਇੱਛਾ ਹੈ। ਇਹ ਤਾਂ ਨਹੀਂ ਪਤਾ ਸਮਾਂ ਕਿੰਨਾ ਕਿਸੇ ਦਾ ਹੁੰਦਾ, ਪਰ ਜਦ ਤੱਕ ਆਖਰੀ ਸਵਾਸ ਆ, ਆਪ ਜੀ ਦੀ ਮਹਿਕ ਇਸ ਤਰ੍ਹਾਂ ਹੀ ਦਿਸਦੀ ਰਹੇ, ਇਹ ਸਮਾਗਮ ਇਵੇਂ ਹੀ ਮੰਨਦੇ ਰਹਿਣ। ਆਪ ਜੀ ਆਉਂਦੇ ਹੋ ਪਰ ਰਾਤ ਨੂੰ ਜਾਂਦੇ ਹੋ, ਪਰ ਭਰੇ ਹੋਏ ਜਾਂਦੇ ਹੋ ਨਾਮ ਨਾਲ, ਬਾਣੀ ਨਾਲ, ਮਹਾਂਪੁਰਸ਼ਾਂ ਦੀ ਕਿਰਪਾ ਦੇ ਨਾਲ। ਬਸ ਇਹੀ ਸਾਰ ਤੱਤ ਹੈ ਜੀਵਨ ਦਾ,
ਇਹਨਾਂ ਇਹਨਾਂ ਪੰਡਾਂ ਨੂੰ ਭਰ ਕੇ ਲਿਜਾਣਾ। ਜਿਹੜਾ ਕੋਈ ਨਿੰਦਿਆ ਕਰਦਾ ਨਾ, ਹੱਥ ਜੋੜ ਦਿਆ ਕਰੋ, ਸਾਡੀਆਂ ਕਮੀਆਂ ਤਾਂ ਪਹਿਲਾਂ ਹੀ ਬਹੁਤ ਆ, ਸਾਨੂੰ ਕਾਹਨੂੰ ਪੰਡਾਂ ਚੁਕਾਉਂਦੇ ਹੋ ਪਾਪਾਂ ਦੀਆਂ। ਆਖੋ ਸਤਨਾਮ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ, ਫਿਰ ਖਿਮਾ ਮੰਗੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮਰਵਾਇਆ, ਸਤਿਗੁਰ ਦਾ ਸ਼ਬਦ ਗਾਵਣ ਆਇਆ, ਸਮਾਂ ਬਖਸ਼ ਦਿਓ ਦਰਸ਼ਨਾਂ ਲਈ। ਮਹਾਂਪੁਰਸ਼ਾਂ ਦੇ ਕੋਟਨ ਕੋਟ ਬਰਤਨ ਵਾਦੀਆਂ, ਜਦ ਵੀ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਕਰੀਏ, ਕਦੇ ਨਾਂ ਨਹੀਂ ਮੁਖਾਰ ਵਿੰਦ ਤੋਂ ਕਰਦੇ, ਕਿਉਂਕਿ ਪਰਉਪਕਾਰ ਹੀ ਹੁੰਦੇ ਨੇ ਮਹਾਂਪੁਰਸ਼, ਪਰਉਪਕਾਰ ਕਰਦੇ ਨੇ, ਜੀਵਨ ਹੀ ਪਰਉਪਕਾਰੀ ਹੁੰਦਾ। ਉਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਹੈ, ਆਪ ਜੀ ਦਾ ਵੀ। ਸੋ ਆਓ ਕੱਲ੍ਹ ਫਿਰ ਆਈਏ ਮਨ ਦੀ ਤਿਆਰੀ ਕਰਕੇ। ਸੌਦਾ ਮਨ ਨੂੰ ਵੇਚਣ ਨਾਲ ਹੋਣਾ, ਗੱਲਾਂ ਨਾਲ ਨਹੀਂ। ਆਖੋ ਸਤਨਾਮ।
ਕਦੋਂ ਵੇਚਣਾ, ਕਿਹੜੇ ਜੀਵਨ 'ਚ ਵੇਚਣਾ, ਇਸ ਜਨਮ 'ਚ ਵੇਚਣਾ, ਸੌਦਾ ਕਦੋਂ ਕਰਨ ਦੀ ਇੱਛਾ ਹੈ, ਇਹਦੀਆਂ ਤਿਆਰੀਆਂ ਲਈ ਰੋਜ਼ ਸਤਸੰਗ ਅਤੇ ਕੀਰਤਨ ਸੁਣਨਾ। ਸੋ ਆਓ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਜਿਹ ਵਾਇਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਰਹਾਉ ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧੀ ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰੱਖੋ ਰੱਖਣਹਾਰ ਦਇਆਲਾ, ਨਾਨਕ ਕਰਕੇ ਗੋਲੇ। ਤੁਮਰੀ ਸ਼ਰਣ ਤੁਮਾਰੀ ਆਸਾ, ਤੁਮ ਹੀ ਸਜਣ ਸੁਹੇਲੇ, ਰੱਖੋ ਰੱਖਣਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।